ਇਹ ਕਿਹਾ ਜਾ ਰਿਹਾ ਕਿ ਬਸ ਹੁਣ ਜਜਮੈਂਟ ਡੇ ਜਿਹੜਾ ਹੈਗਾ ਉਹ ਨੇੜੇ ਹੀ ਹੈ, ਤਾਂ ਤੁਹਾਨੂੰ ਕੀ ਲੱਗਦਾ ਵੀ ਕਿਸ ਕਿਸਮ ਦੀ ਜਜਮੈਂਟ ਆ ਸਕਦੀ ਹੈ? ਟਕਸਾਲੀ ਕਾਂਗਰਸੀਆਂ ਨੇ ਰਾਹੁਲ ਗਾਂਧੀ ਜੀ ਨਾਲ ਗੱਲਬਾਤ ਕੀਤੀ ਕਿ ਕੈਪਟਨ ਸਾਹਿਬ ਨੂੰ ਕਿਹਾ ਜਾਵੇ ਕਿ ਉਹ ਵਾਅਦੇ ਆ ਜੋ ਪੂਰੇ ਕੀਤੇ ਜਾਣ, ਤਾਂ ਜੋ ਜਿਹੜੀਆਂ 2022 ਵਾਲੀਆਂ ਇਲੈਕਸ਼ਨਾਂ ਉਹਦੇ ਵਿੱਚ ਕਾਂਗਰਸ ਜਾ ਕੇ ਆਪਣਾ ਵੋਟ ਮੰਗ ਸਕੇ। ਕਿਤੇ ਉਹ ਨਾ ਹੋਵੇ ਜੋ ਅੱਜ ਬੀਜੇਪੀ ਦਾ ਜਿਸ ਤਰ੍ਹਾਂ ਵਿਰੋਧ ਹੋ ਰਿਹਾ ਸਾਰੇ ਪੰਜਾਬ ਦੇ ਵਿੱਚ, ਉਸੇ ਤਰ੍ਹਾਂ ਕਾਂਗਰਸ ਦਾ ਵਿਰੋਧ ਹੋਵੇ। ਇਹ ਗੱਲ ਆ ਜਾਂਦੀ ਹੈ ਕਿ ਪਟਿਆਲਾ ਸ਼ਹਿਰ ਦੇ ਵਿੱਚ ਬੋਰਡ ਲੱਗਦੇ ਨੇ ਕਿ ਕੈਪਟਨ ਤਾਂ ਇੱਕ ਹੀ ਹੁੰਦਾ, ਤਾਂ ਇਸ ਨੂੰ ਆਪਾਂ ਕਿਸ ਕਿਸਮ ਦਾ ਮੰਨੀਏ ਕਿ ਇਹ ਕਿਹੜੇ ਵਿਚਾਰਾਂ ਦੀ ਲੜਾਈ ਹੈ? ਫਤਿਹ ਜੰਗ ਬਾਜਵਾ ਕੁਛ ਕਹਿੰਦੇ ਨੇ, ਪ੍ਰਤਾਪ ਬਾਜਵਾ ਕੁਛ ਕਹਿੰਦੇ ਨੇ, ਤ੍ਰਿਪਤ ਰਜਿੰਦਰ ਬਾਜਵਾ ਕੁਛ ਕਹਿੰਦੇ ਨੇ, ਫਿਰ ਵਰਕਰ ਕਿੱਧਰ ਜਾਵੇ? 10 ਸਾਲ ਨਾਲੇ ਤਾਂ ਵਿਚਾਰੇ ਛਿੱਤਰ ਖਾਂਦੇ ਰਹੇ ਬਾਦਲ ਵਾਲਿਆਂ ਤੋਂ, ਮਨਪ੍ਰੀਤ ਨੇ ਕੁੱਟੇ, ਮਨਪ੍ਰੀਤ ਨੇ ਪਰਚੇ ਕਰਾਏ, ਲੰਬੀ ਚ ਮਨਪ੍ਰੀਤ ਦੇ ਬਾਦਲ ਬਾਪ ਨੇ ਪਰਚੇ ਕਰਾਏ ਕਾਂਗਰਸੀਆਂ ਤੇ, ਸਡਨਲੀ ਪੈਰਾਸ਼ੂਟਰਾਂ ਹੀ ਆ ਕੇ ਉੱਥੇ ਦਾਖਲ ਹੋ ਗਏ ਕਾਂਗਰਸ ਦੇ ਵਿੱਚ। ਜੇ 5 ਸਾਲਾਂ ਦੀ ਤੁਸੀਂ ਕਿਸੇ ਗਲਤ ਹੱਥਾਂ ਦੇ ਵਿੱਚ ਸੱਤਾ ਦੇ ਦਿੱਤੀ, ਕਿਸੇ ਗਲਤ ਅਨਸਰਾਂ ਨੂੰ ਜਿਤਾਤਾ, ਸਮਝੋ ਪੰਜਾਬ ਖਤਮ ਹੈ ਇਸ ਤੋਂ ਬਾਅਦ ਦੇ ਵਿੱਚ। ਐਨਜ਼ੈਡ ਪੰਜਾਬੀ ਨਿਊਜ਼ ਤੇ ਤੁਹਾਡਾ ਸਵਾਗਤ ਹੈ, ਮੈਂ ਗੁਰਸ਼ਮਸ਼ੀਰ ਸਿੰਘ। ਜੋ ਪੰਜਾਬ ਕਾਂਗਰਸ ਦਾ ਅੰਦਰੂਨੀ ਰੇੜਕਾ ਹੈ, ਹਜੇ ਕਿਸੇ ਤਣ ਪੱਤਣ ਨਹੀਂ ਲੱਗਿਆ। ਸਾਰੇ ਕਿਸਮ ਦੀਆਂ ਜਿਹੜੀਆਂ ਕਚਹਿਰੀਆਂ ਨੇ ਉਹ ਦਿੱਲੀ ਦਰਬਾਰ ਦੇ ਵਿੱਚ ਬੈਠ ਚੁੱਕੀਆਂ ਨੇ, ਤੇ ਹੁਣ ਅੰਤਮ ਫੈਸਲਾ ਆਉਣਾ ਬਾਕੀ ਹੈ। ਤੇ ਇਸ਼ਾਰੇ ਮਿਲ ਰਹੇ ਨੇ ਕਿ ਬਹੁਤ ਵੱਡੇ ਪੱਧਰ ਤੇ ਜਿਹੜੀ ਤਬਦੀਲੀ ਹੈ ਉਹ ਹੋਣ ਜਾ ਰਹੀ ਹੈ, ਚਾਹੇ ਉਹ ਪੰਜਾਬ ਦੀ ਕੈਬਨਿਟ ਹੋਵੇ, ਚਾਹੇ ਪੰਜਾਬ ਕਾਂਗਰਸ ਦਾ ਜਿਹੜਾ ਢਾਂਚਾ ਉਹ ਉਸ ਦੀ ਗੱਲ ਹੋਵੇ, ਚਾਹੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਿਹੜੇ ਪ੍ਰਧਾਨ ਨੇ ਸੂਬੇ ਦੇ, ਉਹਨਾਂ ਦੇ ਬਦਲ ਜਾਣ ਦੇ ਚਰਚੇ ਨੇ। ਤੋ ਇਹ ਸਾਰੇ ਦੇ ਵਿੱਚ ਹੁਣ 2022 ਦੀ ਜਿਹੜੀ ਇਲੈਕਸ਼ਨ ਹੈ ਉਹ ਸਾਹਮਣੇ ਹੈ, ਤੇ ਅੱਜ ਦੀ ਡੇਟ 'ਚ ਪੰਜਾਬ ਜਿਹੜਾ ਕਾਂਗਰਸ ਦਾ ਵਰਕਰ ਹੈ ਉਹ ਕੀ ਸੋਚ ਰਿਹਾ, ਕਿਸ ਪਾਸੇ ਉਹ ਦੇਖ ਰਿਹਾ ਕਿ ਪਾਰਟੀ ਦੇ ਵਿੱਚ ਜਿਹੜੀ ਅੰਦਰੂਨੀ ਕਲਾ ਇਸ ਲੈਵਲ 'ਤੇ ਜਾ ਚੁੱਕੀ ਹੈ ਕਿ ਜੋ ਸਾਰੇ ਕਿਸਮ ਦੇ ਜਿਹੜੇ ਲੀਡਰ ਨੇ, ਜਿਹੜੇ ਜਿਹੜੇ ਖੇਮੇ ਦੇ ਨਾਲ ਉਹ ਬਿਲੋਂਗ ਕਰਦੇ ਸੀਗੇ, ਉਹ ਉਸ ਖੇਮੇ ਦੇ ਵੱਲੋਂ ਕਿਤੇ ਨਾ ਕਿਤੇ ਰਿਫਲੈਕਟ ਉਹਨਾਂ ਨੇ ਆਪਣੀਆਂ ਪੁਜੀਸ਼ਨਾਂ ਨੂੰ ਕੀਤਾ। ਤੇ ਪਟਿਆਲਾ ਸ਼ਹਿਰ ਦੇ ਵਿੱਚ ਅਸੀਂ ਬੋਰਡ ਲੱਗੇ ਦੇਖੇ ਨੇ ਕਿ ਪੰਜਾਬ ਦਾ ਇੱਕੋ ਹੀ ਕੈਪਟਨ ਹੈ। ਸੋ ਇਸ ਕਿਸਮ ਦੇ ਜਿਹੜੇ ਜਿਹੜੇ ਹਾਲਾਤ ਨੇ ਉਸ ਦੇ ਵਿੱਚ ਕਾਂਗਰਸ ਦੇ ਕੀ ਪ੍ਰੋਸਪੈਕਟਸ ਨੇ 2022 ਦੀਆਂ ਚੋਣਾਂ ਨੂੰ ਲੈ ਕੇ? ਹਾਈਕਮਾਂਡ ਜਿੱਦਾਂ ਇਸ 'ਚ ਸਾਰੀ ਚੀਜ਼ ਦੇਖ ਰਹੀ ਹੈ, ਤੇ ਪੰਜਾਬ ਦਾ ਜਿਹੜਾ ਵਰਕਰ ਹੈ ਉਹ ਇਸ ਨੂੰ ਕਿੱਦਾਂ ਦੇਖਦਾ? ਇਸ ਸਾਰੇ ਨੁਕਤੇ 'ਤੇ ਗੱਲ ਕਰਨ ਲਈ ਸਾਡੇ ਨਾਲ ਅਹਿਮ ਸ਼ਖਸੀਅਤ ਨੇ ਰਾਣਾ ਚਾਹਲ ਜੀ। ਰਾਣਾ ਚਾਹਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਪੋਕਸਪਰਸਨ ਨੇ, ਆਪਣੇ ਅਵਰਮੈਂਟਸ ਦੇ ਨਾਲ ਲਗਾਤਾਰ ਜਿਹੜੇ ਟੀਵੀ ਚੈਨਲਸ ਦੇ ਉੱਤੇ ਉਹ ਆਉਂਦੇ ਰਹਿੰਦੇ ਨੇ, ਆਪਣੇ ਬੇਬਾਕੀ ਭਰੇ ਜਿਹੜੇ ਖਿਆਲਾਤ ਨੇ ਜ਼ਾਹਰ ਕਰਨ ਦੇ ਲਈ ਉਹ ਜਾਣੇ ਜਾਂਦੇ ਨੇ। ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਉਹ ਸਾਰੀ ਸਥਿਤੀ ਨੂੰ ਕਿੱਦਾਂ ਦੇਖਦੇ ਨੇ। ਸਰ ਤੁਹਾਡਾ ਸਵਾਗਤ ਹੈ ਜੀ। ਥੈਂਕ ਯੂ ਜੀ, ਥੈਂਕ ਯੂ। ਸਰ ਇਹ ਕਿਹਾ ਜਾ ਰਿਹਾ ਕਿ ਬਸ ਹੁਣ ਜਜਮੈਂਟ ਡੇ ਜਿਹੜਾ ਹੈਗਾ ਉਹ ਨੇੜੇ ਹੀ ਹੈ, ਤਾਂ ਤੁਹਾਨੂੰ ਕੀ ਲੱਗਦਾ ਵੀ ਕਿਸ ਕਿਸਮ ਦੀ ਜਜਮੈਂਟ ਆ ਸਕਦੀ ਹੈ? ਦੇਖੋ ਗੁਰਸ਼ਮਸ਼ੀਰ ਜੀ, ਇਹ ਜਜਮੈਂਟ ਡੇ ਨਹੀਂ ਹੈ ਕਹਿ ਸਕਦੇ ਆਪਾਂ, ਇਹ ਗੱਲ ਹੈ ਜਿਹੜੇ ਕਾਂਗਰਸ ਦੇ ਵਰਕਰਸ ਆ ਜਾਂ ਕਾਂਗਰਸ ਦਾ ਜਿਹੜਾ ਕਾਡਰ ਆ, ਜਿਨ੍ਹਾਂ ਨੇ ਪਾਰਟੀ ਦੇ ਜਦੋਂ ਹੋਏ ਆ ਉਹਨਾਂ ਦੇ ਵਿੱਚ ਜਾ ਕੇ ਲੋਕਾਂ ਦੇ ਵਿੱਚ ਜਾ ਕੇ ਵਾਅਦੇ ਕੀਤੇ ਜਾਂ ਲੋਕਾਂ ਨੇ ਵੋਟਾਂ ਮੰਗੀਆਂ ਜਿਹੜੇ ਮੁੱਦਿਆਂ ਨੂੰ ਲੈ ਕੇ, ਉਹ ਕਿਤੇ ਨਾ ਕਿਤੇ ਮੁੱਦੇ ਥੋੜੇ ਜਿਹੇ ਪਿਛੜਦੇ ਨਜ਼ਰ ਆ ਰਹੇ ਸੀ। ਉਹਨਾਂ ਮੁੱਦਿਆਂ ਨੂੰ ਪੂਰਾ ਕਰਵਾਉਣ ਲਈ ਪੰਜਾਬ ਦੀ ਸਮੂਹ ਲੀਡਰਸ਼ਿਪ, ਟਕਸਾਲੀ ਕਾਂਗਰਸੀਆਂ ਨੇ ਰਾਹੁਲ ਗਾਂਧੀ ਜੀ ਨਾਲ ਗੱਲਬਾਤ ਕੀਤੀ ਕਿ ਕੈਪਟਨ ਸਾਹਿਬ ਨੂੰ ਕਿਹਾ ਜਾਵੇ ਕਿ ਉਹ ਵਾਅਦੇ ਆ ਜੋ ਪੂਰੇ ਕੀਤੇ ਜਾਣ, ਤਾਂ ਜੋ ਜਿਹੜੀਆਂ 2022 ਵਾਲੀਆਂ ਇਲੈਕਸ਼ਨਾਂ ਉਹਦੇ ਵਿੱਚ ਕਾਂਗਰਸ ਜਾ ਕੇ ਆਪਣਾ ਵੋਟ ਮੰਗ ਸਕੇ। ਕਿਤੇ ਉਹ ਨਾ ਹੋਵੇ ਜੋ ਅੱਜ ਬੀਜੇਪੀ ਦਾ ਜਿਸ ਤਰ੍ਹਾਂ ਵਿਰੋਧ ਹੋ ਰਿਹਾ ਸਾਰੇ ਪੰਜਾਬ ਦੇ ਵਿੱਚ, ਉਸੇ ਤਰ੍ਹਾਂ ਕਾਂਗਰਸ ਦਾ ਵਿਰੋਧ ਹੋਵੇ। ਇਸ ਲਈ ਸਾਰੇ ਜਿਹੜੇ ਹੈਗੇ ਆ ਉਹਨਾਂ ਅਹਿਮ ਮੁੱਦਿਆਂ ਲਈ ਦਿੱਲੀ ਦੇ ਦਰਬਾਰ ਦੇ ਵਿੱਚ ਪੇਸ਼ ਹੋਇਆ ਗਿਆ, ਸਾਰਿਆਂ ਨੂੰ ਕੀਤਾ ਗਿਆ। ਤਾਂ ਕਿਸ ਕਿਸਮ ਦਾ ਫੈਸਲਾ ਤੁਹਾਨੂੰ ਆਉਣ ਦੀ ਉਮੀਦ ਹੈ? ਤੁਸੀਂ ਪਾਰਟੀ ਸਰਕਲਸ 'ਚ ਰਹਿੰਦੇ ਹੋ, ਤਾਂ ਜਦੋਂ ਇਹ ਸਾਰੀਆਂ ਗੱਲਾਂ ਬਾਤਾਂ ਹੋ ਚੁੱਕੀਆਂ ਨੇ, ਹੁਣ ਫੈਸਲਾ ਆਉਣਾ ਹੈ, ਤਾਂ ਕਿਸ ਕਿਸਮ ਦਾ ਫੈਸਲਾ ਆਉਣ ਦੀ ਉਮੀਦ ਹੈ? ਤੁਹਾਡੀ ਜਿਹੜੇ ਲੀਡਰ ਜਾ ਕੇ ਆਏ ਹੋਣਗੇ, ਹੁਣ ਗੱਲਬਾਤ ਵੀ ਹੋਈ ਹੋਊਗੀ, ਤਾਂ ਕਿਸ ਕਿਸਮ ਦਾ ਫੈਸਲਾ ਜਿਹੜਾ ਹੈਗਾ ਆ ਸਕਦਾ? ਕਿਸ ਕਿਸਮ ਦੀ ਤਬਦੀਲੀ ਜਿਹੜੀ ਹੈ ਉਹ ਕਾਂਗਰਸ ਸਰਕਾਰ ਦੇ ਵਿੱਚ ਜਾਂ ਕਾਂਗਰਸ ਦਾ ਜਿਹੜਾ ਪਾਰਟੀ ਦਾ ਢਾਂਚਾ ਉਹਦੇ ਵਿੱਚ ਹੋ ਸਕਦੀ ਹੈ? ਹਾਂ, ਇਹਦੇ ਵਿੱਚ ਗੁਰਸ਼ਮਜੀਤ ਜੀ ਇੱਦਾਂ ਹੈਗਾ, ਜਿੱਦਾਂ ਮਿਨਿਸਟਰ ਰਹੇ ਆ ਉਹਨਾਂ ਦੀ ਪਰਫਾਰਮੈਂਸ ਨੂੰ ਲੈ ਕੇ ਕੁਝ ਮਿਨਿਸਟਰਾਂ ਦੇ ਅਹੁਦੇ ਬਦਲੇ ਜਾ ਸਕਦੇ ਆ, ਉਹਨਾਂ ਨੂੰ ਹੋਰ ਜ਼ਿੰਮੇਵਾਰੀਆਂ ਦਿੱਤੀਆਂ ਜਾ ਸਕਦੀਆਂ, ਰੀਸ਼ਫਲ ਹੋ ਸਕਦਾ ਕੈਬਨਿਟ ਦੇ ਵਿੱਚ, ਤੇ ਪਾਰਟੀ ਦੇ ਜਿਹੜੇ ਪ੍ਰਧਾਨ ਆ ਉਹਨੂੰ ਬਦਲਣ ਲਈ
ਕਿਤੇ ਨਾ ਕਿਤੇ ਰਾਹੁਲ ਗਾਂਧੀ ਜੀ ਕੋਈ ਅਹਿਮ ਫੈਸਲਾ ਲੈਣਗੇ। ਇਹ ਮਤਲਬ ਕਿ ਸਾਰੇ ਪਾਸੇ ਚਰਚਾ, ਪਰ ਹੁਣ ਇਹ ਮੰਨਿਆ ਜਾ ਰਿਹਾ ਕਿ ਜਿਹੜੇ 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 ਰੀਸ਼ਫਲ ਕੀਤਾ ਜਾਊਗਾ ਕੈਬਨਿਟ ਦੇ ਵਿੱਚ, ਉਹ ਮੰਤਰੀ ਤਾਂ 5-6 ਮਹੀਨੇ ਦਾ ਮੰਤਰੀ ਹੋਊਗਾ। ਤਾਂ ਤੁਹਾਨੂੰ ਲੱਗਦਾ ਵੀ ਉਹ ਲੋਕ ਇਸ ਲੈਵਲ ਤੇ ਮੰਨਣਗੇ ਹੁਣ ਇਸ ਲੈਵਲ ਤੇ ਆ ਕੇ ਜਦੋਂ ਜਿਹੜੀ ਕਾਂਗਰਸ ਜਿਹੜੀ ਸਰਕਾਰ ਦਾ ਬਹੁਤ ਥੋੜਾ ਸਮਾਂ ਰਹਿ ਚੁੱਕਿਆ? ਦੇਖੋ ਗੁਰੂ ਜੀ, ਉਹ ਤਾਂ ਗੱਲ ਆ, ਜਿਵੇਂ ਆਪਾਂ ਕਹਿ ਦਾਂ ਜਿਹੜਾ ਵਿਨਿੰਗ ਰੇਸ ਲਈ ਲਾਸਟ ਕੁਝ ਸੈਕਿੰਡ ਜਿਹੜੇ ਆ, ਜੇ ਕਿਸੇ ਦੀ ਪਰਫਾਰਮੈਂਸ ਰਹੀ ਹੈ ਉਸ ਮੰਤਰਾਲੇ ਦੇ ਲਈ, ਪਰਫਾਰਮੈਂਸ ਦੇਣ ਲਈ 6 ਮਹੀਨੇ ਬਹੁਤ ਜ਼ਿਆਦਾ ਹੈਗੇ ਆ, ਇਹਨਾਂ ਨੂੰ ਅਸੀਂ ਘੱਟ ਨਹੀਂ ਕਹਿ ਸਕਦੇ। ਠੀਕ ਹੈ, ਤਾਂ ਜੋ ਹੁਣ ਇਸ ਸਾਰੇ ਦੇ ਵਿੱਚ ਹੁੰਦਾ ਰਿਹਾ ਕਾਫੀ ਲੰਬਾ, ਤੁਹਾਨੂੰ ਲੱਗਦਾ ਨਹੀਂ ਵੀ ਜਿਹੜੀ ਹਾਈ ਕਮਾਂਡ ਆ ਉਹਨੇ ਜ਼ਰੂਰਤ ਤੋਂ ਜ਼ਿਆਦਾ ਸਮਾਂ ਲੈ ਲਿਆ? ਇਸ ਦੇ ਨਾਲ ਪੰਜਾਬ ਦੇ ਵਿੱਚ ਜਿਹੜੀ ਖੇਮਾਬੰਦੀ ਸੀ ਉਹ ਹੋਰ ਜ਼ਿਆਦਾ ਸਖਤ ਹੋ ਗਈ? ਦੇਖੋ ਜੀ, ਸਭ ਤੋਂ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਇੱਕ ਗੱਲ ਕਲੀਅਰ ਕਰਦਾ, ਖੇਮਾਬੰਦੀ ਨਾ ਕਹੋ ਤੁਸੀਂ ਇਸ ਨੂੰ, ਇਹ ਸਿਰਫ ਇਹ ਗੱਲ ਆ ਜਿਹੜੇ ਲੋਕਾਂ ਨਾਲ ਵਾਅਦੇ ਕੀਤੇ ਸੀ। ਜਿਵੇਂ ਸਭ ਤੋਂ ਵੱਡਾ ਮੁੱਦਾ ਬੇਅਦਬੀ ਦਾ ਲੈ ਕੇ ਸੀ, ਪ੍ਰਕਾਸ਼ ਸਿੰਘ ਬਾਦਲ ਦੇ 10 ਰਾਜ ਦੇ ਵਿੱਚ, 10 ਸਾਲ ਦੇ ਰਾਜ ਦੇ ਵਿੱਚ ਸੱਚੇ ਸੌਦੇ ਵਾਲੇ ਨੇ ਕਿਸ ਤਰ੍ਹਾਂ ਵੋਟਾਂ ਲਈਆਂ, ਕਿਸ ਤਰ੍ਹਾਂ ਉਸ ਤੋਂ ਬਾਅਦ ਉਹਦੀ ਫਿਲਮ ਚਲਵਾਈ, ਫਿਲਮ ਤੋਂ ਬਾਅਦ ਉਹ ਇੱਕ ਸੱਚੇ ਸੌਦੇ ਵਾਲਾ ਅਲਟੀਮੇਟਮ ਦਿੰਦਾ ਕਿ ਜੀ ਅਸੀਂ ਤੁਹਾਡੇ ਗੁਰੂ ਨੂੰ ਚੱਕ ਕੇ ਲੈ ਜਾਾਂਗੇ, ਉਹ ਸਾਰਾ ਐਪੀਸੋਡ ਜਿਹੜਾ ਹੈਗਾ ਉਹ ਲੋਕਾਂ ਦੇ ਕਚਹਿਰੀ ਦੇ ਵਿੱਚ ਆ, ਸਭ ਲੋਕਾਂ ਨੂੰ ਪਤਾ, ਉਹਨਾਂ ਬੇਦੋਸ਼ੀਆਂ ਨੂੰ ਸਜ਼ਾ ਦੇਣ ਵਾਸਤੇ। ਜਾਂ ਇੱਕ ਸਭ ਤੋਂ ਵੱਡਾ ਪੰਜਾਬ ਦੇ ਵਿੱਚ ਮੁੱਦਾ ਸੀਗਾ ਡਰੱਗਸ ਦਾ, ਜੋ ਭੋਲੇ ਨੇ ਜਿਹੜੇ ਬੰਦਿਆਂ ਦੇ ਨਾਂ ਲਏ ਸੀ ਉਹ ਸਾਰਾ ਫੈਸਲਾ ਹੋ ਕੇ ਹਾਈਕੋਰਟ ਦੇ ਵਿੱਚ ਰਿਪੋਰਟ ਜਿਹੜੀ ਉਹ ਸਬਮਿਟ ਹੋ ਚੁੱਕੀ ਆ, ਉਹ ਰਿਪੋਰਟ ਖਿਲਾਉਣੀ, ਕਿਉਂਕਿ ਜਦੋਂ ਸਰਕਾਰ ਬਣਦੀ ਆ ਜਾਂ ਵੋਟਾਂ ਮੰਗਣ ਜਾਂਦੇ ਆ ਕੁਝ ਅਹਿਮ ਇਦਾਂ ਦੇ ਵਾਅਦੇ ਹੁੰਦੇ ਆ ਜਿਹੜੇ ਲੋਕਾਂ ਨਾਲ ਕੀਤੇ ਜਾਂਦੇ ਆ, ਖਾਸ ਕਰ ਸਿੱਖ ਸੈਂਟੀਮੈਂਟਸ ਵਾਲੀ ਆਪਣੀ ਸਟੇਟ ਆ, ਬੜੇ ਲੋਕਾਂ ਦੇ ਆਪਦੇ ਆਪਾਂ ਕਹਿ ਸਕਦੇ ਹਾਂ ਭਾਵਨਾਵਾਂ ਜੁੜੀਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ, ਤੇ ਉਸ ਨੂੰ ਦੋਸ਼ੀਆਂ ਨੂੰ ਅੰਦਰ ਕਰਵਾਉਣ ਵਾਸਤੇ ਇਹ ਸਾਰਾ ਪ੍ਰੈਸ਼ਰ ਕੀਤਾ ਗਿਆ ਕੈਪਟਨ ਸਾਹਿਬ ਤੇ। ਜਾਂ ਸਭ ਤੋਂ ਵੱਡੀ ਜਿਹੜੀ ਪਰਸੈਪਸ਼ਨ ਸੀਗੀ ਕੈਪਟਨ ਅਮਰਿੰਦਰ ਸਿੰਘ ਦੀ ਲੋਕਾਂ ਦੇ ਵਿੱਚ ਕਿ ਜੀ ਬਾਦਲ ਤੇ ਕੈਪਟਨ ਇੱਕੋ ਹੀ ਆ, ਉਹ ਪਰਸੈਪਸ਼ਨ ਨੂੰ ਤੋੜਨ ਵਾਸਤੇ ਇਹ ਕੈਪਟਨ ਸਾਹਿਬ ਨੂੰ ਜਾਂ ਹਾਈ ਕਮਾਂਡ ਨੂੰ ਬੇਨਤੀ ਕੀਤੀ ਗਈ ਸੀ ਕਿ ਇਹ ਵਾਅਦੇ ਪੂਰੇ ਕੀਤੇ ਜਾਣ। ਇਹ ਖੇਮਾਬੰਦੀ ਨਹੀਂ ਹੁੰਦੀ, ਵਿਚਾਰਾਂ ਦੀ ਲੜਾਈ ਹੁੰਦੀ ਹੈ, ਜਦੋਂ ਅਲੱਗ ਅਲੱਗ ਤਰ੍ਹਾਂ ਦੇ ਵਿਚਾਰ ਹੁੰਦੇ ਆ, ਹਰੇਕ ਤਰ੍ਹਾਂ ਦੇ ਐਲੀਮੈਂਟਸ ਹੁੰਦੇ ਆ ਪਾਰਟੀਆਂ ਦੇ ਵਿੱਚ ਵੀ, ਉਹ ਆਪਣੇ ਜਿਹੜੇ ਵਿਚਾਰ ਆ ਲੋਕਾਂ ਨਾਲ ਵਾਅਦੇ ਕੀਤੇ ਉਹਨਾਂ ਨੂੰ ਪੂਰੇ ਕਰਨ ਦੀ ਗੱਲ ਆ, ਉਹਨੂੰ ਅਸੀਂ ਖੇਮਾਬੰਦੀ ਨਹੀਂ ਕਹਿ ਸਕਦੇ। ਨਹੀਂ, ਜਿਵੇਂ ਚਲੋ ਤੁਸੀਂ ਇਹਨੂੰ ਇਸ ਢੰਗ ਨਾਲ ਪੇਸ਼ ਕਰਦੇ ਹੋ ਕਿ ਵਿਚਾਰਾਂ ਦੀ ਲੜਾਈ ਸੀ, ਪਰ ਜਦੋਂ ਵਿਚਾਰਾਂ ਦੀ ਲੜਾਈ ਦੇ ਵਿੱਚ ਇਹ ਗੱਲ ਆ ਜਾਂਦੀ ਹੈ ਕਿ ਪਟਿਆਲਾ ਸ਼ਹਿਰ ਦੇ ਵਿੱਚ ਬੋਰਡ ਲੱਗਦੇ ਨੇ ਕਿ ਕੈਪਟਨ ਤਾਂ ਇੱਕ ਹੀ ਹੁੰਦਾ, ਤਾਂ ਇਸ ਨੂੰ ਆਪਾਂ ਕਿਸ ਕਿਸਮ ਦਾ ਮੰਨੀਏ ਕਿ ਇਹ ਕਿਹੜੇ ਵਿਚਾਰਾਂ ਦੀ ਲੜਾਈ ਹੈ? ਕੋਈ ਵੀ ਬੰਦਾ ਜੀ, ਕਿਸੇ ਵੀ ਤਰ੍ਹਾਂ ਦਾ ਬੰਦਾ ਹੈਗਾ ਪਾਰਟੀ ਦੇ ਵਿੱਚ, ਹਰੇਕ ਬੰਦਾ ਹਰੇਕ ਵਰਕਰ ਕਿਸੇ ਨਾ ਕਿਸੇ ਲੀਡਰ ਨਾਲ ਜੁੜਿਆ ਹੁੰਦਾ, ਜਾਂ ਇੱਕ ਆਈਡੀਓਲੋਜੀ ਹੁੰਦੀ ਆ ਲੀਡਰ ਦੀ ਜਿਹਦੇ ਉਹਦੇ ਨਾਲ ਜੁੜਿਆ ਹੁੰਦਾ, ਉਹ ਆਈਡੀਓਲੋਜੀ ਦੇ ਮੱਦੇਨਜ਼ਰ ਲੋਕਾਂ ਨੂੰ ਲੱਗਦਾ ਹੋਊਗਾ 2022 ਲਈ ਕੈਪਟਨ ਅਮਰਿੰਦਰ ਸਿੰਘ ਚੰਗੇ ਆ ਤਾਂ ਪਟਿਆਲੇ ਵਾਲਿਆਂ ਨੇ ਬੋਰਡ ਲਾ ਦਿੱਤੇ, ਤੇ ਜੋ ਸਾਨੂੰ ਚੰਗਾ ਲੱਗਦਾ ਅਸੀਂ ਆਪਦੇ ਹਿਸਾਬ ਨਾਲ ਕਰ ਦਿੱਤਾ। ਨਹੀਂ, ਜਿਹੜੀ ਇਹ ਜਿਹੜੀ ਸ਼ਖਸੀ ਪੂਜਾ ਕਿਸੇ ਵੀ ਜੇ ਆਪਾਂ ਕਾਂਗਰਸ ਦੇ ਵਿੱਚ ਹੀ ਗੱਲ ਕਰ ਲਈਏ, ਜਿਹੜੀ ਇਹ ਸ਼ਖਸੀ ਪੂਜਾ ਚਾਹੇ ਨਵਜੋਤ ਸਿੱਧੂ ਨੇ ਜਾਂ ਕੈਪਟਨ ਅਮਰਿੰਦਰ ਨੇ, ਤੁਹਾਨੂੰ ਲੱਗਦਾ ਜਿਹੜੀ ਸ਼ਖਸੀ ਪੂਜਾ ਦਾ ਰੁਝਾਨ ਹੈ ਇਹ ਚੰਗਾ ਅਮਲ ਹੈ? ਨਹੀਂ ਨਹੀਂ ਨਹੀਂ, ਮੈਂ ਫਿਰ ਤੁਹਾਨੂੰ ਇਹ ਗੱਲ ਕਹਿ ਰਿਹਾ, ਇਹ ਸੱਚੀ ਪੂਜਾ ਨਹੀਂ ਜੀ, ਜਨਾਬ ਆਈਡੀਓਲੋਜੀ ਦੀ ਲੜਾਈ ਆ, ਆਈਡੀਓਲੋਜੀ ਦੇ ਪਿੱਛੇ ਲੱਗੇ ਆ ਲੋਕ, ਵਿਚਾਰਧਾਰਾ ਦੇ। ਤੁਸੀਂ ਦੋ ਬੰਦਿਆਂ ਦਾ ਨਾਮ ਲਿੱਤਾ, ਸਭ ਤੋਂ ਵੱਡਾ ਨਾਮ ਤੁਸੀਂ ਵਿੱਚ ਲਿਆ ਹੀ ਨਹੀਂ, ਸਰਦਾਰ ਪ੍ਰਤਾਪ ਸਿੰਘ ਬਾਜਵਾ ਹੋਰਾਂ ਦਾ ਨਾਮ, ਜਿਨ੍ਹਾਂ ਦੇ ਨਾਲ ਸ਼ੁਰੂ ਤੋਂ ਕਾਂਗਰਸ ਕਾਡਰ ਖੜਾ, ਕਿਉਂਕਿ ਉਹ ਕਾਡਰ ਫੀਲ ਕਰਦਾ ਕਿ ਜੀ ਜਦੋਂ ਸਾਡੇ ਤੇ ਮਾੜਾ ਟਾਈਮ ਸੀ, ਜਦੋਂ ਬਾਦਲ ਦੀ ਸਰਕਾਰ ਸੀ ਉਸ ਵੇਲੇ 3 ਸਾਲ ਪ੍ਰਤਾਪ ਸਿੰਘ ਬਾਜਵਾ ਨੇ ਵਰਕਰ ਦੀ ਬਾਹ ਨਾਲ ਬਾਹ ਲਾ ਕੇ, ਮੋਢੇ ਨਾਲ ਮੋਢਾ ਲਾ ਕੇ ਰਾਤ ਨੂੰ ਖੜੇ ਉਹਨਾਂ ਦੇ ਨਾਲ, ਹਰ ਥਾਂ ਤੇ ਪਹੁੰਚਦੇ ਰਹੇ ਆ, ਉਹਨਾਂ ਦੀ ਇੱਕ ਵਿਚਾਰਧਾਰਾ ਕਿ ਕਾਂਗਰਸੀਆਂ ਨੂੰ ਪਹਿਲ ਦਿੱਤੀ ਜਾਵੇ, ਜਿਹੜੇ ਪੁਰਾਣੇ ਪਰਿਵਾਰ ਹੈਗੇ ਆ ਜਿਹੜੇ ਦੀਆਂ ਕੋਈ ਕੁਰਬਾਨੀਆਂ ਕਾਂਗਰਸ ਪਾਰਟੀ ਲਈ, ਤੇ ਜਿਸ ਤਰ੍ਹਾਂ ਨਵੇਂ ਬੰਦੇ ਆ ਜਾਂਦੇ ਆ ਸ਼ਾਮਿਲ ਹੋ ਜਾਂਦੇ ਆ, ਉਹ ਸ਼ਖਸੀ ਪੂਜਾ ਕਰਕੇ ਆਪਦੀ ਕਿਤੇ ਨਾ ਕਿਤੇ ਕੋਈ ਅਹੁਦੇ ਲੈਣ ਦੇ ਵਿੱਚ ਜਾਂ ਹੋਰ ਗੱਲਾਂ ਦੇ ਵਿੱਚ ਕਾਮਯਾਬ ਹੋ ਜਾਂਦੇ ਆ, ਉਸ ਚੀਜ਼ ਨੂੰ ਕਹਿ ਸਕਦੇ ਆ ਜਿਹੜਾ ਅਸਲ ਦੇ ਵਿੱਚ ਤਾਂ ਆਈਡੀਓਲੋਜੀ ਦੀ ਲੜਾਈ ਆ, ਆਈਡੀਓਲੋਜੀ ਜਿਹਦੀ ਚੰਗੀ ਆ ਵਰਕਰ ਉਹਦੇ ਨਾਲ ਖੜਾ, ਕੈਡਰ ਉਹਦੇ ਨਾਲ ਖੜਾ। ਪਰ ਤੁਸੀਂ ਪ੍ਰਤਾਪ ਬਾਜਵਾ ਦਾ ਨਾਂ ਲਿਆ, ਜੇ ਆਪਾਂ ਪ੍ਰਤਾਪ ਬਾਜਵਾ ਪਰਿਵਾਰ ਸਤਨਾਮ ਬਾਜਵਾ ਜਿਹੜੀ ਸਾਰੀ ਫੈਮਿਲੀ ਆ ਉਸਨੂੰ ਆਪਾਂ ਦੇਖਦੇ ਹਾਂ ਤਾਂ ਉਹਦੇ ਵਿੱਚ ਅਲੱਗ ਅਲੱਗ ਆਵਾਜ਼ਾਂ ਨੇ, ਫਤਿਹ ਜੰਗ ਬਾਜਵਾ ਕੁਛ ਕਹਿੰਦੇ ਨੇ, ਪ੍ਰਤਾਪ ਬਾਜਵਾ ਕੁਛ ਕਹਿੰਦੇ ਨੇ, ਤ੍ਰਿਪਤ ਰਜਿੰਦਰ ਬਾਜਵਾ ਕੁਛ ਕਹਿੰਦੇ ਨੇ, ਫਿਰ ਵਰਕਰ ਕਿੱਧਰ ਜਾਵੇ? ਵਰਕਰ ਦੇ ਸਾਹਮਣੇ ਤਾਂ ਕਨਫਿਊਜ਼ਨ। ਪਹਿਲੀ ਤਾਂ ਜੀ ਗੱਲ ਮੈਂ ਤੁਹਾਨੂੰ ਇੱਕ ਗੱਲ ਕਲੀਅਰ ਕਰਦਾ ਵੀ ਜਿਹੜੇ ਤ੍ਰਿਪਤ ਬਾਜਵਾ ਉਹਨਾਂ ਦੇ ਪਰਿਵਾਰ ਨਾਲ ਨਹੀਂ ਰਿਲੇਟ ਕਰਦੇ ਪ੍ਰਤਾਪ ਜੀ ਹੋਰਾਂ ਦੇ, ਫਤਿਹ ਜੰਗ ਬਾਜਵਾ ਹੈਗੇ ਉਹ ਜ਼ਰੂਰ ਕਰਦੇ ਆ, ਪਰ ਫਤਿਹ ਜੰਗ ਬਾਜਵਾ ਦੀ ਸੋਚ ਹੈਗੀ ਆ ਉਹਨਾਂ ਨੇ ਕਿੱਧਰ ਚੱਲਣਾ ਕਿੱਧਰ ਨਹੀਂ ਚੱਲਣਾ,
पर जिहड़ा एज अ पिलर ऑफ बाजवा परिवार हैगा उह सरदार प्रताप सिंह बाजवाई हैगे आ जो पार्टी दे प्रधान भी रहे आ एमपी रहे आ ते तीन चार मुख्यमंत्रियों दा सुभाग भी उहनां नूं प्राप्त होया काम करन दा सो वर्कर जिहड़ा उहनां नूं सीनियर लीडर मंनदा है इक अपना ਤਾਂ ਇਹਦੇ ਵਿੱਚ ਜਿਹੜੇ ਲੀਡਰ ਆਵਾਜ਼ ਚੱਕ ਰਹੇ ਨੇ ਜਿਵੇਂ ਹੁਣ ਪ੍ਰਗਟ ਸਿੰਘ ਨੇ ਆਵਾਜ਼ ਚੁੱਕੀ ਹੈ ਕਿ ਇਹ ਟਕਸਾਲੀ ਪੰਜਾਬੀ ਹੋਣ ਦਾ ਜਿਹੜਾ ਹੈਗਾ ਇਹ ਦੌਰ ਹੈਗਾ ਕਾਂਗਰਸੀ ਹੋਣ ਦਾ ਨਹੀਂ ਸਾਨੂੰ ਪੰਜਾਬੀ ਹੋਣਾ ਚਾਹੀਦਾ ਤੇ ਇਹ ਇਸ ਇਸ ਜਿਹੜਾ ਅਨੁਮਾਨ ਹੈ ਇਹ ਪ੍ਰਗਟ ਸਿੰਘ ਦਾ ਜਿਹੜਾ ਇਹ ਅਨੁਮਾਨ ਹੈ ਤੁਸੀਂ ਇਹਨੂੰ ਕਿੱਦਾਂ ਸਮਝਦੇ ਹੋ ਗੱਲ ਸੁਣੋ ਜੀ ਪੰਜਾਬੀ ਹੋਣ ਦਾ ਬਿਲਕੁਲ ਗੱਲ ਸਹੀ ਹੈ ਕਿਉਂਕਿ ਅਸੀਂ ਪੰਜਾਬ ਤੇ ਪੰਜਾਬੀਅਤ ਦੀ ਗੱਲ ਕਰਨੀ ਆ ਪਰ ਜਿੱਥੋਂ ਤੱਕ ਤੁਸੀਂ ਪਾਰਟੀ ਪਲੇਟਫਾਰਮ ਦੇ ਉੱਪਰ ਗੱਲ ਕਰਦੇ ਹੋ ਫਿਰ ਇਸ ਗੱਲ ਨੂੰ ਤੁਹਾਡੇ ਸਰੋਤਿਆਂ ਨੇ ਵੀ ਗਲਤ ਲੈ ਜਾਣਾ ਤੇ ਤੁਸੀਂ ਵੀ ਸ਼ਾਇਦ ਇਸ ਗੱਲ ਦਾ ਅਗਲਾ ਤੁਹਾਡਾ ਸਵਾਲ ਜਿਹੜਾ ਉਹ ਹੋਰ ਹੋਊਗਾ ਜਦੋਂ ਪਾਰਟੀ ਨੂੰ ਕੋਈ ਬੰਦਾ ਖੜਾ ਕਰਦਾ ਪਾਰਟੀ ਲਈ ਆਪਣੀਆਂ ਸੇਵਾਵਾਂ ਦਿੰਦਾ ਪਾਰਟੀ ਲਈ ਕੋਈ ਲੜਾਈਆਂ ਲੜਦਾ ਉਹਨਾਂ ਲੜਾਈਆਂ ਦੇ ਵਿੱਚ ਜਦੋਂ ਵਰਕਰਾਂ ਦੇ ਨਾਲ ਖੜਦਾ ਤਾਂ ਪ੍ਰਾਇੋਰਟੀ ਉਸ ਲੀਡਰ ਦੀ ਬਣ ਜਾਂਦੀ ਹੈ ਉੱਥੇ ਸੋ ਉੱਥੇ ਕਿਤੇ ਨਾ ਕਿਤੇ ਪਾਰਟੀ ਇੱਕ ਪਲੇਟਫਾਰਮ ਨੂੰ ਵੀ ਦੇਖਿਆ ਜਾਂਦਾ ਕਿ ਕੌਣ ਪੁਰਾਣਾ ਕੌਣ ਨਵਾਂ ਹੈਗਾ ਜਦੋਂ ਲੀਡਰਸ਼ਿਪ ਹੁੰਦੀ ਆ ਕੋਈ ਵੀ ਲੀਡਰਸ਼ਿਪ ਆ ਉਹਦੇ ਚ ਤਿੰਨ ਇਨਗਰੀਡੀਐਂਟਸ ਹੁੰਦੇ ਆ ਉਹਦੇ ਚ ਹੁੰਦੀ ਆ ਲਾਇਲਟੀ ਤੇ ਦੂਜੀ ਤੁਹਾਡੀ ਵਰਕਰਾਂ ਨਾਲ ਜਿਹੜੀ ਹੈਗੀ ਆ ਇੱਕ ਰਿਸਪੋਂਸੀਬਿਲਟੀ ਕਿੰਨੀ ਸਮਝਦੇ ਹੋ ਤੁਸੀਂ ਕਿੰਨੀ ਸਮਝੀ ਆ ਉਹਨਾਂ ਪ੍ਰਤੀ ਤੇ ਤੀਜਾ ਹੋ ਜਾਂਦਾ ਤੁਸੀਂ ਕੀ ਪੰਜਾਬ ਦੀ ਗੱਲ ਕਰਨ ਲਈ ਯੋਗ ਹੈ ਕਿ ਨਹੀਂ ਹੈ ਪਰ ਸਭ ਤੋਂ ਇਨਗਰੀਡੀਐਂਟ ਜਿਹੜਾ ਵੱਡਾ ਹੁੰਦਾ ਪਾਰਟੀ ਦੇ ਵਿੱਚ ਕਿਸੇ ਨੂੰ ਪ੍ਰਮੁੱਖਤਾ ਦੇ ਮੂਹਰੇ ਲਿਆਉਣ ਲਈ ਉਹ ਲਾਇਲਟੀ ਹੁੰਦੀ ਆ ਵੀ ਪਾਰਟੀ ਦੇ ਨਾਲ ਇਹਦੀ ਲਾਇਲਟੀ ਰਹੀ ਕਿ ਨਹੀਂ ਰਹੀ ਤੁਸੀਂ ਲਾਇਲਟੀ ਦਾ ਇਹ ਲਾਇਲਟੀ ਬੜਾ ਨਾ ਸਲਿਪਰੀ ਗਰਾਊਂਡ ਹੈਗਾ ਜਦੋਂ ਆਪਾਂ ਆਮ ਆਦਮੀ ਪਾਰਟੀ ਦਾ ਝਗੜਾ ਵੀ ਦੇਖਿਆ ਸੀ ਅਰਵਿੰਦ ਕੇਜਰੀਵਾਲ ਦਾ ਵੀ ਇਹੀ ਕਹਿਣਾ ਸੀਗਾ ਤੇ ਤੁਸੀਂ ਕਿੱਦਾਂ ਇੱਕ ਰਾਜਨੀਤਿਕ ਤੁਸੀਂ ਕਾਰਕੁਨ ਹੋ ਤੁਸੀਂ ਕਿੱਦਾਂ ਸਮਝਦੇ ਹੋ ਇੱਕ ਚਾਪਲੂਸੀ ਹੁੰਦੀ ਹੈ ਇੱਕ ਲਾਇਲਟੀ ਹੁੰਦੀ ਹੈ ਤੇ ਇਹਦੇ ਵਿੱਚ ਜੇ ਆਪਾਂ ਫਰਕ ਕਰਨਾ ਹੋਵੇ ਤਾਂ ਕਿਵੇਂ ਕਰਾਂਗੇ ਇਹਦੇ ਵਿੱਚ ਦੋ ਗੱਲਾਂ ਹੁੰਦੀਆਂ ਗੁਰਸ਼ਮਸ਼ੀਰ ਜੀ ਦੋ ਗੱਲਾਂ ਇਹ ਹੁੰਦੀਆਂ ਇੱਕ ਤਾਂ ਜਿਹੜੀਆਂ ਤੁਹਾਡੀਆਂ ਕਮਿਟਮੈਂਟਸ ਹੈਗੀਆਂ ਪਾਰਟੀ ਦੇ ਵਰਕਰਾਂ ਨਾਲ ਕਮਿਟਮੈਂਟਸ ਹੈਗੀਆਂ ਇੱਕ ਤੁਹਾਡੀਆਂ ਜਿਹੜੀਆਂ ਪਾਰਟੀ ਦੀਆਂ ਕਮਿਟਮੈਂਟਸ ਲੀਡਰਸ ਨਾਲ ਆ ਉਹ ਕਮਿਟਮੈਂਟਸ ਜਦੋਂ ਪੂਰੀਆਂ ਹੁੰਦੀਆਂ ਜਾਂ ਨਹੀਂ ਹੁੰਦੀਆਂ ਉਹਨਾਂ ਦੇ ਵਰਖਲਾਫ ਆਵਾਜ਼ ਚੱਕਣੀ ਆਪਦੀ ਪਾਰਟੀ ਨੂੰ ਬਚਾਉਣਾ ਜੇ ਕੋਈ ਗਲਤ ਕੰਮ ਵੀ ਕਰ ਰਿਹਾ ਤੁਹਾਡੀ ਪਾਰਟੀ ਦੇ ਵਿੱਚ ਪਾਰਟੀ ਪਲੇਟਫਾਰਮ ਤੇ ਰਹਿ ਕੇ ਉਹਦੇ ਅਗੇਂਸਟ ਆਵਾਜ਼ ਚੱਕਣੀ ਮੈਂ ਸਮਝਦਾ ਲਾਇਲਟੀ ਹੁੰਦੀ ਹੈ ਚਾਪਲੂਸ ਤਾਂ ਹਰ ਵੇਲੇ ਆ ਜਾਂਦੇ ਆ ਚਾਪਲੂਸ ਤਾਂ 10 ਸਾਲਾਂ ਬਾਅਦ ਅੱਜ ਕੱਲ੍ਹ ਪੰਜਾਬ ਦਾ ਸਿਸਟਮ ਹੀ ਇਹ ਬਣ ਗਿਆ ਹੁਣ ਤੁਸੀਂ ਆਮ ਆਦਮੀ ਦੀ ਗੱਲ ਕੀਤੀ ਆਮ ਆਦਮੀ ਬੜਾ ਸੋਚ ਲੈ ਕੇ ਆਈ ਸੀ ਜਦੋਂ ਟਿਕਟਾਂ ਦੇਣ ਲੱਗੇ 25-25 ਲੱਖ ਰੁਪਏ ਲੈ ਕੇ ਟਿਕਟਾਂ ਦੇ ਦਿੱਤੀਆਂ ਪਿੱਛੇ ਲਾਏ ਬੰਦਿਆਂ ਨੇ ਜਿਨ੍ਹਾਂ ਨੇ ਝੰਡਾ ਚੱਕਿਆ ਸੁੱਚਾ ਸਿੰਘ ਵਰਗਿਆਂ ਨੂੰ ਉਹਨਾਂ ਨੂੰ ਪਿੱਛੇ ਸਿੱਟ ਦਿੱਤਾ ਗਿਆ ਸੋ ਮੈਂ ਮੇਰੇ ਹਿਸਾਬ ਨਾਲ ਪਾਰਟੀ ਨੂੰ ਬਚਾਉਣਾ ਹੀ ਸਭ ਤੋਂ ਵੱਡੀ ਲਾਇਲਟੀ ਹੈਗੀ ਆ ਜਾਂ ਇੱਕ ਕਮਿਟਮੈਂਟਸ ਫੁਲਫਿਲ ਕਰਨੀਆਂ ਜਿਹੜੀਆਂ ਤੁਸੀਂ ਹੈਗੀਆਂ ਤੇ ਜੇ ਉਹ ਕਮਿਟਮੈਂਟਸ ਪੂਰੀਆਂ ਨਹੀਂ ਹੁੰਦੀਆਂ ਚਾਹੇ ਤੁਹਾਨੂੰ ਆਪਦੀ ਲੀਡਰਸ਼ਿਪ ਦੇ ਅਗੇਂਸਟ ਖੜਾ ਵੀ ਹੋਣਾ ਪਵੇ ਝੰਡਾ ਵੀ ਚੱਕਣਾ ਪਵੇ ਤਾਂ ਉਹ ਮੈਂ ਸਮਝੂਗਾ ਉਹ ਲਾਇਲਟੀ ਹੋ ਸਕਦੀ ਹੈ ਤੁਹਾਡੀ ਪਾਰਟੀ ਲਈ ਪਾਰਟੀ ਨੂੰ ਬਚਾਉਣ ਵਾਸਤੇ ਪਾਰਟੀ ਨੂੰ ਬਚਾਉਣ ਦੀ ਆਪਾਂ ਗੱਲ ਕਰਦੇ ਹਾਂ ਪਰ ਤੁਹਾਡੇ ਇਲਾਕੇ ਦੇ ਵਿੱਚ ਹੀ ਜਿਹੜੇ ਪਾਰਟੀ ਦੇ ਵੱਡੇ ਵੱਡੇ ਲੀਡਰ ਨੇ ਚਾਹੇ ਉਹ ਰਾਜਾ ਵੜਿੰਗ ਨੇ ਜਾਂ ਮਨਪ੍ਰੀਤ ਬਾਦਲ ਨੇ ਉਹ ਆਪਸ ਦੇ ਵਿੱਚ ਜਿਸ ਤਰ੍ਹਾਂ ਉਹਨਾਂ ਦੇ ਵਿਰੋਧੀ ਬਿਆਨ ਆ ਰਹੇ ਨੇ ਤੁਸੀਂ ਕੀ ਸਮਝਦੇ ਹੋ ਇਲਾਕੇ ਦੇ ਵਿੱਚ ਜਿਹੜਾ ਕਾਂਗਰਸੀ ਵਰਕਰ ਹੈ ਉਹ ਕੀ ਮਹਿਸੂਸ ਕਰਦਾ ਦੇਖੋ ਜੀ ਫਿਲਹਾਲ ਹੁਣ ਤਾਈਂ ਜਿਹੜਾ ਸਾਡਾ 4-4.5 ਸਾਲ ਦਾ ਰਾਜ ਰਿਹਾ ਉਹਦੇ ਚ ਬਿਊਰੋਕਰੇਟਸ ਦੀ ਚੱਲੀ ਜਾਂਦੀ ਆ ਕੋਈ ਵਰਕਰ ਦੀ ਸੁਣਵਾਈ ਨਹੀਂ ਹੋ ਰਹੀ ਜਿਹਦਾ ਡਫਲੀ ਜਿਵੇਂ ਚੱਲੀ ਜਾਂਦੀ ਉਵੇਂ ਬੰਦਾ ਵਜਾਈ ਜਾਂਦਾ ਆਪਦੇ ਸਿਰ ਦੇ ਉੱਪਰ ਆਪ ਕਰੀ ਜਾਂਦੇ ਆ ਲੋਕ ਸੋ ਨਿਰਾਸ਼ਤਾ ਤਾਂ ਕਿਤੇ ਨਾ ਕਿਤੇ ਵਰਕਰਾਂ ਦੇ ਵਿੱਚ ਹੈਗੀ ਆ ਇਸ ਚੀਜ਼ ਨੂੰ ਲੈ ਕੇ ਫਿਰ ਗੱਲ ਉਹੀ ਆ ਜਾਂਦੀ ਹੈ ਨਾ ਤੁਸੀਂ ਪ੍ਰਗਟ ਸਿੰਘ ਦਾ ਇੱਕ ਮੈਨੂੰ ਸਵਾਲ ਕੀਤਾ ਉਹ ਹੁਣ ਉਹੀ ਸਵਾਲ ਤੁਹਾਡਾ ਕੋਰਲੇਟ ਮਨਪ੍ਰੀਤ ਬਾਦਲ ਨਾਲ ਵੀ ਕਰਦਾ ਮਨਪ੍ਰੀਤ ਬਾਦਲ ਅੱਜ ਆ ਕੇ ਗਿੱਦੜਵਾ ਹਲਕੇ ਦੇ ਵਿੱਚ 10 ਸਾਲ ਦੇ ਰਾਜ ਦੇ ਵਿੱਚ ਬਾਦਲਾਂ ਦੇ ਉੱਤੇ ਪਰਚੇ ਕਰਵਾਏ ਲੋਕਾਂ ਦੇ ਕਾਂਗਰਸੀਆਂ ਦੇ ਅੱਜ ਫਿਰ ਪੀਪਲਸ ਪਾਰਟੀ ਬਣਾਈ ਫਿਰ ਪੀਪਲਸ ਪਾਰਟੀ ਦੇ ਵਿੱਚੋਂ ਬੰਦੇ ਕੱਢ ਕੇ ਕਾਂਗਰਸ 'ਚ ਸ਼ਾਮਲ ਕਰਾ ਲਏ ਫਿਰ ਉਹਨਾਂ ਕਾਂਗਰਸ ਦੇ ਜਿਹੜੇ ਵਰਕਰ ਸੀ ਦੂਜਿਆਂ ਨੂੰ ਪਛਾੜ ਦਿੱਤਾ ਆਪਦਿਆਂ ਨੂੰ ਮੁਰਲੀ ਕਤਾਰ 'ਚ ਲਿਆਂਦਾ ਇੱਥੇ ਲਾਇਲਟੀ ਕਾਊਂਟ ਹੋਣੀ ਚਾਹੀਦੀ ਹੈ ਨਾ ਵਰਕਰਾਂ ਦੀ ਕੀ ਹੈ ਕੀ ਨਹੀਂ ਹੈ 10 ਸਾਲ ਨਾਲੇ ਤਾਂ ਵਿਚਾਰੇ ਛਿੱਤਰ ਖਾਂਦੇ ਰਹੇ ਬਾਦਲ ਵਾਲਿਆਂ ਤੋਂ ਮਨਪ੍ਰੀਤ ਨੇ ਕੁੱਟੇ ਮਨਪ੍ਰੀਤ ਨੇ ਪਰਚੇ ਕਰਾਏ ਲੰਬੀ 'ਚ ਮਨਪ੍ਰੀਤ ਦੇ ਬਾਦਲ ਬਾਪ ਨੇ ਪਰਚੇ ਕਰਾਏ ਕਾਂਗਰਸੀਆਂ ਤੇ ਸਡਨਲੀ ਪੈਰਾਸ਼ੂਟ ਰਾਹੀਂ ਆ ਕੇ ਉੱਥੇ ਦਾਖਲ ਹੋ ਗਏ ਕਾਂਗਰਸ ਦੇ ਵਿੱਚ ਤੇ ਅੱਜ ਉਹੀ ਜੋ ਰਾਜਾ ਵੜਿੰਗ ਕਹਿ ਰਹੇ ਇਹ ਤਾਂ ਗੱਲਾਂ ਮੈਂ ਅੱਜ ਤੋਂ 3 ਸਾਲ ਪਹਿਲਾਂ ਕਹਿ ਦਿੱਤੀਆਂ ਸੀ ਸ਼ਾਇਦ ਰਾਜਾ ਵੜਿੰਗ ਦੀਆਂ ਕੋਈ ਆਪਦੀਆਂ ਉਹ ਰਹੀਆਂ ਹੋਣੀਆਂ ਕੋਈ ਪ੍ਰੋਬਲਮਸ ਜਿਹੜੀਆਂ ਉਹ ਮੰਚ ਤੇ ਨਹੀਂ ਰੱਖ ਸਕੇ ਗੱਲਾਂ ਨਹੀਂ ਜਿਵੇਂ ਇਹ ਗੱਲ ਬਹੁਤ ਤੁਸੀਂ ਅਹਿਮ ਕਹੀ ਹੈ ਕਿ ਜਿਹੜੇ 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 ਲੋਕਾਂ ਨੇ ਪਰਚੇ ਕਰਾਏ ਉਹ ਬਾਅਦ ਚੋਂ ਪਾਰਟੀ 'ਚ ਆ ਗਏ ਤੇ ਉਹਨਾਂ ਨੇ ਆਪਣੇ ਵਰਕਰਸ ਨੂੰ ਅੱਗੇ ਕਰਤਾ ਇਹ ਪ੍ਰੈਕਟੀਕਲ ਪ੍ਰੋਬਲਮ ਹੈ ਇੱਕ ਮਤਲਬ ਕਿ ਜਦੋਂ ਵੀ ਕੋਈ ਲੀਡਰ ਇੱਦਾਂ ਆਊਗਾ ਤਾਂ ਇੱਕ ਪ੍ਰੈਕਟੀਕਲ ਪ੍ਰੋਬਲਮ ਆਊਗੀ ਤੁਹਾਨੂੰ ਲੱਗਦਾ ਜਦੋਂ ਇੱਦਾਂ ਲੀਡਰਾਂ ਨੂੰ ਸ਼ਾਮਲ ਕੀਤਾ ਜਾਂਦਾ ਚਾਹੇ ਉਹਨਾਂ ਦਾ ਜਿੱਡਾ ਮਰਜ਼ੀ ਵੱਡਾ ਨਾ ਹੋਵੇ
ਤਾਂ ਇਹ ਕੁਛ ਉਸ ਟਾਈਮ ਤੇ ਇੱਕ ਫਿਲਟਰ ਹੋਣਾ ਚਾਹੀਦਾ ਪਾਰਟੀ ਪਲੇਟਫਾਰਮ ਤੇ ਕਿ ਵੀ ਜਿਹੜੇ ਸਾਡੇ ਪੁਰਾਣੇ ਵਰਕਰ ਨੇ ਉਹਨਾਂ ਨੂੰ ਅਸੀਂ ਪ੍ਰਾਇੋਰਿਟੀ ਦੇਵਾਂਗੇ ਇਹ ਜਦੋਂ ਜਦੋਂ ਬੰਦੇ ਨੂੰ ਸ਼ਾਮਿਲ ਕੀਤਾ ਜਾਂਦਾ। ਦੇਖੋ ਗੁਰਸ਼ਮਸ਼ੀਰ ਜੀ, ਗੁਰਸ਼ਮਸ਼ੀਰ ਜੀ, ਇਹ ਜਿਹੜਾ ਪੋਲੀਟੀਕਲ ਸਿਸਟਮ ਆ ਨਾ, ਕੋਈ ਕਾਂਗਰਸ ਦੀ ਗੱਲ ਨਹੀਂ ਹੈ, ਪੰਜਾਬ ਦਾ ਰਾਜਨੀਤਿਕ ਦਾਇਰਾ ਇੰਨਾ ਕੁ ਮੈਂ ਕਹਿੰਦਾ ਨਿਗਰ ਚੁੱਕਿਆ, ਸਿਰਫ ਟੀਵੀਆਂ ਦੇ ਉੱਪਰ ਜਾਂ ਬਿਆਨ ਦੇਣ ਨੂੰ ਰਹਿ ਗਏ ਡੈਮੋਕ੍ਰੇਸੀ, ਫੈਡਰਲ ਸਟਰਕਚਰ, ਲੋਇਲਟੀ, ਸਿੰਸੀਅਰਿਟੀ, ਇਹ ਗੱਲਾਂ ਬਸ ਕਿਤਾਬਾਂ ਚ ਪੜ੍ਹ ਲੈਂਦੇ, ਲੀਡਰ ਤੇ ਆ ਕੇ ਮੰਚਾਂ ਤੇ ਬੋਲ ਦਿੰਦੇ ਆ, ਇਹ ਹੈ ਨੀ ਗੀ, ਪਰ ਇਹ ਗੱਲ ਲੋਕਾਂ ਨੂੰ ਸਮਝਣੀ ਪੈਣੀ ਆ। ਫਿਰ ਆਮ ਆਦਮੀ ਤੇ ਆਉਣਾ, ਹੁਣ ਆਮ ਆਦਮੀ ਪਾਰਟੀ ਨੇ ਇਹ ਗੱਲ ਆਖੀ ਵੀ ਜੀ ਬਾਦਲ ਨੇ 10 ਸਾਲ ਦੇ ਵਿੱਚ ਮਾਫੀਆ ਚਲਾਇਆ, ਆਹ ਚਲਾਇਆ। ਚਲੋ ਕਾਂਗਰਸ ਤਾਂ ਇੱਕ ਪੁਰਾਣੀ ਪਾਰਟੀ ਹੈ, ਪਲੇਟਫਾਰਮ ਤੇ ਉਸੇ ਸਿਸਟਮ ਦੇ ਵਿੱਚ ਚੱਲਦੀ ਆਈ ਹੈ ਜਿਵੇਂ ਹੋਰ ਪਾਰਟੀਆਂ ਚੱਲਦੀਆਂ ਆਈਆਂ, ਇੱਧਰਲਾ ਬੰਦਾ ਉਧਰੋਂ ਸ਼ਾਮਿਲ ਕਰਾ ਲਿਆ, ਉਧਰੋਂ ਕਰਾ ਲਿਆ। ਹੁਣ ਇਹਨਾਂ ਨੇ ਕੋਈ ਏਦਾਂ ਦੇ ਬੰਦੇ ਸ਼ਾਮਿਲ ਕਰਾ ਲਏ ਆਮ ਆਦਮੀ ਨੇ ਕਿ ਜੀ ਜਿਹੜੇ ਅਕਾਲੀ ਦਲ ਚੋਂ ਨਿਕਲੇ ਸੀ, ਜਿਨ੍ਹਾਂ ਨੂੰ ਕਾਂਗਰਸ ਨੇ ਨਹੀਂ ਟਿਕਟਾਂ ਦਿੱਤੀਆਂ ਸੀਗੀਆਂ, ਉਹ ਬੰਦਿਆਂ ਨੂੰ ਸ਼ਾਮਿਲ ਕਰਾ ਲਿਆ। ਇੱਕ ਸੱਜਣ ਸਿੰਘ ਚੀਮਾ ਹੈਗਾ ਜਿਹੜਾ ਸੁਲਤਾਨਪੁਰ ਲੋਧੀ ਵਾਲਾ, ਉਹਨੇ ਅਕਾਲੀ ਦਲ ਦੇ ਰਾਜ ਹੋਏ ਸੁਖਬੀਰ ਸਿੰਘ ਬਾਦਲ ਦਾ ਰਾਈਟ ਹੈਂਡ ਰਿਹਾ, ਉਹਨੇ ਇੰਨੇ ਪਰਚੇ ਕਰਾਏ, ਉਹ ਫਿਰ ਆਮ ਆਦਮੀ ਚ ਸ਼ਾਮਿਲ ਕਰ ਲਿਆ। ਇਹ ਤਾਂ ਨਿਗਾਰ ਆ ਪੋਲੀਟਿਕਸ ਸਿਸਟਮ ਦਾ, ਇਹ ਸਮਝਣਾ ਪੈਣਾ ਲੋਕਾਂ ਨੂੰ, ਸਮਝਣਾ ਪੈਣਾ, ਤੇ ਜਿਹੜੀ ਇੱਕ ਨਵੀਂ ਜਨਰੇਸ਼ਨ ਆ ਰਹੀ ਹੈ ਉਹਨੂੰ ਸਮਝਣਾ ਪੈਣਾ ਕਿ ਅਸੀਂ ਇਸ ਸਿਸਟਮ ਨੂੰ ਕਿਵੇਂ ਸੈਟਅਪ ਕਰਨਾ ਦੁਬਾਰਾ। ਠੀਕ ਹੈ, ਤੁਸੀਂ ਕਿਹਾ ਨਿਗਾਰ ਹੈਗਾ, ਮੈਂ ਇਹ ਸਵਾਲ ਤੁਹਾਨੂੰ ਆਪੋਜੀਸ਼ਨ ਦੇ ਹਵਾਲੇ ਨਾਲ ਪੁੱਛਾਂ ਕਿ ਜਿਹੜੀ ਕਾਂਗਰਸ ਦੇ ਵਿੱਚ ਜੋ ਵੀ ਤੁਸੀਂ ਕਿਹਾ ਕਿ ਵਿਚਾਰਾਂ ਦੀ ਲੜਾਈ ਚੱਲ ਰਹੀ ਹੈ, ਸਿਆਸੀ ਹਲਕੇ ਉਹਨੂੰ ਖੇਮਾਬੰਦੀ ਵੀ ਮੰਨਦੇ ਨੇ ਕਾਂਗਰਸ ਦੀ, ਇਹ ਪੁਰਾਣੇ ਸਮੇਂ ਤੋਂ ਰਹੀ ਹੈ, ਤਾਂ ਤੁਸੀਂ ਕੀ ਸਮਝਦੇ ਜਿਹੜੀ ਪੰਜਾਬ ਦੀਆਂ ਵਿਰੋਧੀ ਪਾਰਟੀਆਂ ਨੇ, ਚਾਹੇ ਉਹ ਆਮ ਆਦਮੀ ਪਾਰਟੀ ਹੈ ਚਾਹੇ ਅਕਾਲੀ ਦਲ ਹੈ, ਤਾਂ ਜਿਹੜਾ ਇਹ ਕਾਂਗਰਸ ਦੇ ਵਿੱਚ ਜਿਹੜਾ ਸ਼ੀਤ ਯੁੱਧ ਚੱਲ ਰਿਹਾ ਉਹਦਾ ਫਾਇਦਾ ਕਿਤੇ ਨਾ ਕਿਤੇ ਆਪੋਜੀਸ਼ਨ ਪਾਰਟੀਆਂ ਨੂੰ ਹੋਣ ਦਾ ਲੱਗਦਾ ਤੁਹਾਨੂੰ? ਬਿਲਕੁਲ ਨਹੀਂ ਗੁਰਸ਼ਮਸ਼ੀਰ ਜੀ, ਪੰਜਾਬ ਦੇ ਵਿੱਚ ਮੈਂ ਤੁਹਾਨੂੰ ਇੱਕ ਗੱਲ ਕਹਿ ਦਿੰਦਾ ਬਈ, ਇਸ ਚੀਜ਼ ਨੂੰ ਮੰਨ ਕੇ ਚੱਲੋ ਵੀ ਸ਼੍ਰੋਮਣੀ ਅਕਾਲੀ ਦਲ ਤਾਂ ਜਮਾਂ ਹੀ ਖਤਮ ਹੋ ਚੁੱਕਿਆ, ਉਹਦੀ ਕੋਈ ਸ਼ਾਖ ਨਹੀਂ ਹੈ। ਆਮ ਆਦਮੀ ਦੀ ਲੀਡਰਸ਼ਿਪ ਜਿਹੜੀ ਹੈਗੀ ਆ ਉਹ ਆਪ ਜਿਵੇਂ ਆਪਾਂ ਕਹਿ ਦਈਏ ਡਿਕਟੇਟਰਸ਼ਿਪ ਜੋ ਕੇਜਰੀਵਾਲ ਦੀ ਆ, ਜਿਹਨੂੰ ਟਿਕਟ ਦੇਣੀ ਆ, ਅਜੇ ਵੀ ਨਹੀਂ ਪਤਾ ਕਿਹਨੂੰ ਮਿਲਣੀ ਹੈ ਕਿਹਨੂੰ ਨਹੀਂ ਮਿਲਣੀ। ਕਾਂਗਰਸ ਪਾਰਟੀ 2022 ਦੇ ਵਿੱਚ ਬੜੀ ਮਜ਼ਬੂਤੀ ਨਾਲ ਆ ਸਕਦੀ ਆ, ਦੋ ਵਾਅਦੇ ਕੈਪਟਨ ਸਾਹਿਬ ਆਪਦੇ ਜਿਹੜੇ ਲੋਕਾਂ ਨਾਲ ਕੀਤੇ ਉਹ ਪੂਰੇ ਕਰਦਾ, ਇੱਕ ਤਾਂ ਜਿਨ੍ਹਾਂ ਨੇ ਬੇਅਦਬੀ ਵੀ ਕੀਤੀ ਉਹਨਾਂ ਦੋਸ਼ੀਆਂ ਨੂੰ ਸਜ਼ਾ ਦੇ ਦੇਣਾ, ਦੂਜੀ ਗੱਲ ਪੰਜਾਬ ਦੇ ਵਿੱਚ ਜੋ ਡਰੱਗਸ ਮਾਫੀਆ ਪਿਛਲੇ 10 ਸਾਲ ਦੇ ਵਿੱਚ ਚਲਾਇਆ, ਜੋ ਗੈਂਗਸਟਰਵਾਦ ਜਿਹੜੇ ਲੋਕਾਂ ਨੇ ਪਾਲਿਆ ਸੀ, ਉਹਨਾਂ ਲੋਕਾਂ ਨੂੰ ਜੇਲ੍ਹ ਦੀਆਂ ਸਲਾਖਾਂ ਦੇ ਵਿੱਚ ਸੁੱਟ ਦਿਓ, ਪੰਜਾਬ ਦੇ ਲੋਕਾਂ ਦੀ ਇਹੀ ਮੰਗ ਆ। ਪੰਜਾਬ ਦੇ ਲੋਕ ਅੱਜ ਅਕਾਲੀ ਦਲ ਦਾ ਮੂੰਹ ਨਹੀਂ ਦੇਖਣਾ ਚਾਹੁੰਦੇ, ਬੜੇ ਲੋਕ ਸਮਝ ਚੁੱਕੇ ਆ। ਅੱਜ ਇਹ ਨਹੀਂ ਵੀ ਮੈਂ ਟੀਵੀ ਤੇ ਚਾਰ ਗੱਲਾਂ ਮਾਰਤੀਆਂ ਤਾਂ ਲੋਕ ਮੇਰੇ ਮਗਰ ਲੱਗ ਜਾਣਗੇ, ਗਰਾਊਂਡ ਦੇ ਉੱਪਰ ਜਾ ਕੇ ਦੇਖੋ ਲੋਕ ਬੜੇ ਸਿਆਣੇ ਹੋ ਗਏ, ਲੋਕਾਂ ਨੂੰ ਹਰੇਕ ਗੱਲ ਦੀ ਸਮਝ ਆਉਣ, ਲੀਡਰ ਪਾਗਲ ਨਹੀਂ ਬਣਾ ਸਕਦੇ ਲੋਕਾਂ ਨੂੰ, ਲੋਕ ਆਪਦੇ ਹੱਕਾਂ ਦੀ ਲੜਾਈ, ਹਕੂਕਾਂ ਦੀ ਲੜਾਈ ਲੜਨੀ ਆਪ ਜਾਣਗੇ ਆ। ਜੀ ਜੀ, ਤਾਂ ਜਿਵੇਂ ਤੁਸੀਂ ਕਿਹਾ ਕਿ ਕੈਪਟਨ ਸਾਹਿਬ ਦੋ ਵਾਅਦੇ ਪੂਰੇ ਕਰ ਦੇਣ, ਕਿਉਂਕਿ ਕੈਪਟਨ ਸਾਹਿਬ ਇਹ ਸਾਰੇ ਜੋ ਵਿਚਾਰਾਂ ਦੀ ਲੜਾਈ ਚੱਲੀ ਹੈ ਜਾਂ ਜੋ ਖੇਮਾਬੰਦੀ ਚੱਲੀ ਹੈ ਦਿੱਲੀ ਦਰਬਾਰ ਕੋਲ, ਉਹਦੇ ਵਿੱਚ ਨਿਸ਼ਾਨੇ ਤੇ ਰਹੇ ਨੇ, ਤੁਹਾਨੂੰ ਲੱਗਦਾ ਵੀ ਉਹ ਵੀ ਇੱਕ ਕਾਗ ਸਿਆਸਤਦਾਨ ਨੇ, 5 ਦਹਾਕਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਉਹਨਾਂ ਨੂੰ ਪੋਲਿਟਿਕਸ ਦੇ ਵਿੱਚ, ਤੇ ਜਿਹੜੇ ਲੋਕ ਹੋਣ ਚਾਹੇ ਪ੍ਰਤਾਪ ਸਿੰਘ ਬਾਜਵਾ ਹੋਣ, ਚਾਹੇ ਰੰਧਾਵਾ ਸਾਹਿਬ ਹੋਣ, ਸਰਕਾਰੀਆ ਸਾਹਿਬ ਹੋਣ, ਜਿਹੜੇ ਜਿਹਨੂੰ ਮਾਝਾ ਐਕਸਪ੍ਰੈਸ ਕਿਹਾ ਜਾਂਦਾ, ਇਹ ਸਾਰੇ ਲੋਕ ਜਿਵੇਂ ਖੁੱਲ੍ਹ ਕੇ ਸਾਹਮਣੇ ਖਿਲਾਫ ਬੋਲੇ ਨੇ, ਮਤਲਬ ਕਿ ਇੱਕ ਖਿਲਾਫ ਸਟੈਂਡ ਲਿਆ, ਮਤਲਬ ਕਿ ਆਪਾਂ ਇਹ ਕਹਿ ਸਕਦੇ ਹਾਂ ਚਾਹੇ ਮੁੱਦਿਆਂ ਦੇ ਆਧਾਰ ਤੇ ਲਿਆ, ਪਰ ਇੱਕ ਜਿਹੜਾ ਬੰਦਾ ਰਾਜ ਕਰ ਰਿਹਾ ਹੁੰਦਾ ਉਹਨੂੰ ਇਸ ਚੀਜ਼ ਦੀ ਤਕਲੀਫ ਤਾਂ ਹੁੰਦੀ ਹੈ। ਤਾਂ ਤੁਹਾਨੂੰ ਲੱਗਦਾ ਵੀ ਕੱਲ ਨੂੰ ਜਦੋਂ ਕਿਤੇ ਇਹ ਚੀਜ਼ ਚੱਲੂਗੀ ਤਾਂ ਕੈਪਟਨ ਸਾਹਿਬ ਕੋਲ ਜਿਹੜੀ ਪਾਵਰ ਆਊਗੀ ਜਾਂ ਜੇ ਪਾਵਰ ਰਹਿੰਦੀ ਹੈ ਤਾਂ ਇਹਨਾਂ ਤੇ ਕੋਈ ਉਸ ਕੈਪਟਨ ਸਾਹਿਬ ਕੋਈ ਕਾਰਵਾਈ ਕਰ ਸਕਦੇ ਨੇ ਜਾਂ ਕੋਈ ਸਿਆਸੀ ਖਮਿਆਜ਼ਾ ਇਸ ਗੱਲ ਦਾ ਇਹਨਾਂ ਨੂੰ ਸਟੇਟ ਲੈਵਲ ਤੇ ਭੁਗਤਣਾ ਪੈ ਸਕਦਾ? ਦੇਖੋ ਜੀ, ਸਭ ਤੋਂ ਵੱਡੀ ਤਾਂ ਮੈਂ ਸਮਝਦਾ ਬਈ ਅਹੁਦੇ ਮਹਿਣੇ ਨਹੀਂ ਰੱਖਦੇ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ, ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਮਹਿਣੇ ਰੱਖਦਾ ਲੋਕਾਂ ਦਾ ਪਿਆਰ, ਲੋਕਾਂ ਦਾ ਵਿਸ਼ਵਾਸ, ਲੋਕਾਂ ਦੀ ਸੱਚਾਈ। ਜੋ ਸੁਖਜਿੰਦਰ ਸਿੰਘ ਰੰਧਾਵਾ ਜਦੋਂ ਏਰੀਏ ਦੇ ਵਿੱਚ ਜਾਂਦੇ ਆ, ਲੋਕ ਉਹਨਾਂ ਨੂੰ ਐਜ਼ ਬੀਇੰਗ ਐਜ਼ ਏ ਆਪਦਾ ਆਈਡਲ ਮੰਨਦੇ ਆ ਜਾਂ ਲੀਡਰ ਮੰਨਦੇ ਆ, ਉਹਨਾਂ ਦੀ ਗੱਲ ਤੇ ਵਿਸ਼ਵਾਸ ਕਰਦੇ ਆ। ਉਹ ਵਿਸ਼ਵਾਸ ਕਾਇਮ ਹੋਣਾ ਬਹੁਤ ਵੱਡੀ ਗੱਲ ਆ। ਅਹੁਦੇ ਉੱਤੇ ਤਾਂ ਇਦਾਂ ਦੇ ਆਉਂਦੇ ਜਾਂਦੇ ਰਹਿੰਦੇ ਆ, ਕਿਸੇ ਟਾਈਮ ਦੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਸਾਈਡਲਾਈਨ ਕੀਤਾ ਸੀ ਜਦੋਂ ਟਿਕਟ ਨਹੀਂ ਦਿੱਤੀ ਸੀ। ਤੋ ਇਟਸ ਅ ਗੇਮ ਆਫ ਸਟਾਰਸ। ਅੱਜ ਉਹਨਾਂ ਦੇ ਸਟਾਰ ਦੇਖੋ, ਸਭ ਤੋਂ ਵੱਡੇ ਵਿਰੋਧੀ ਉੱਪਰ ਕਿ ਉਹਨਾਂ ਦੇ ਸਾਹਮਣੇ ਕੈਪਟਨ ਅਮਰਿੰਦਰ ਸਿੰਘ ਹੀ ਆਏ ਆ, ਕਿਤੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਤੋਂ ਇੱਕ ਟਿਕਟ ਦੀ ਮੰਗ ਹੀ ਕਰਦੇ ਸੀ। ਸੋ ਇਹ ਨਹੀਂ, ਇਹ ਸਟਾਰਸ ਦੀ ਗੇਮ ਹੈਗੀ। ਅੱਜ ਦੀ ਕਰੀ ਜੇ ਮੈਂ ਤੁਹਾਨੂੰ ਗੁਰਸ਼ਮਸ਼ੀਰ ਜੀ ਫਿਰ ਹੀ ਬੇਨਤੀ ਕਰਦਾ, ਜਿਹੜੇ ਲੋਕਾਂ ਦੇ ਨਾਲ ਕਮਿਟਮੈਂਟ ਹੁੰਦੀ ਆ, ਲੋਕਾਂ ਦੇ ਨਾਲ ਵਿੱਚ ਜਾਂਦੇ ਹੋ ਜਾਂ ਲੋਕਾਂ ਦੇ ਨਾਲ ਗੱਲ ਕਰਦੇ ਹੋ। ਹੁਣ ਮੈਂ ਤੁਹਾਨੂੰ ਰੀਸੈਂਟਲੀ ਇੱਕ ਘਟਨਾ ਦੱਸ ਦਿੰਦਾ। ਪਿਛਲੇ ਦਿਨਾਂ ਦੇ ਵਿੱਚ ਸਾਡੇ ਲੰਬੀ ਏਰੀਏ ਤੱਪੇ ਪਿੰਡ ਦੇ ਵਿੱਚ ਮੌਤ ਹੋ ਗਈ, 14 ਸਾਲ ਦਾ ਬੱਚਾ ਇੰਜੈਕਟ ਕਰਕੇ ਪੂਰਾ ਹੋ ਗਿਆ। ਉੱਥੇ ਸਾਰੀਆਂ ਪੋਲੀਟੀਕਲ ਪਾਰਟੀਆਂ ਦਾ ਬਾਈਕਾਟ ਸੀਗਾ,
गुरु महाराज की मेहर नाल जां तुहाडे वर्गे भरावां दे जो एक सानू हौसला मिलता सच बोलण दा उह सच्चाई दे तौर ते मैं उस पिंड दे विच जाके आया जिथे कि टोटली बैन सी। ईवन दो कि इंटैलीजेंस की रिपोर्ट से भी तुसीं ना जाओ जी उत्थे कोई इदां दी गल होगी 90% लोग उत्थे ड्रग्स का सेवन करते हैं तो पिंड थोड़े पिछे पै जाएंगे। पर मैं कहना जिन्ना प्यार लोगों ने दिता जिनी गलबात की है जो उन्होंने जाके बैठे इस गल का माण भी महसूस करते हैं भी लोगों ने यह गल आखी जी थोड़ी सच्चाई सानू पता जो तुम इतने गल करते हो वह थोड़े मन दिया भावनावां होंदिया करना चाहते हो जे उन्होंने उत्ते कि ना कि कोई नहीं कर पाते किसी कारण करके सानू पता भी थोड़े एफर्ट्स पूरे होंगे। सो मेरे कहने का भाव है लोगों का प्यार होना जरूरी है। 5 साल बाद लोगों की जाना लोगों के वोटा मंगनिया जो असी प्यार ही गवाता आपका विश्वास गवाता अज जिमें कई थावां ते होया लीडर बोलन भी दिता जा रहा काले झंडे दिखाए जा रहे फिर इस तरह की लीडरशिप तो असी लैना भी की आए जे उद्दां तो असी लैके करके करना भी की आ। ये बहुत तुसी वड्डी गल कहती आप कल जिहड़ी बीजेपी की लीडरशिप है वह कैप्टन अमरिंदर सिंह नूं मिली है कि सानू सियासी सरगर्मी जिहड़ी है नहीं कीती करन दित्ती जा रही पंजाब दे विच तां जिथे जिथे भी बीजेपी के लीडर जाते हैं उनका विरोध होंदा अनिल जोशी के खिलाफ पार्टी ने कार्रवाई भी की है। तो जिहड़ी बीजेपी की सारी स्थिति है जिहड़ी उन्हां दी ये मंग है कि सरकार करवा रही है उन्हां दा इल्जाम है यह कि सरकार करवा रही है तुहानूं लगदा भी जिहड़ा विरोध हो रहा पंजाब दे विच बीजेपी का वह कैप्टन सरकार करवा रही है? नहीं 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 गुरशमशीर जी वह तो तुम देखो मैं तुम्हें पहला उही गल की है तो सवाल जो सुखजिंदर रंधावा होर आया प्यार लैण की गल हुंदी आ जे यही अनिल जोशी भी बीजेपी के है उन्होंने किसानों की गल की लोगों की गल की लोग मुद्दों की गल की लोगों का पक्ष लिया तो उन्होंने कोई विरोध नहीं हो रहा लोगों का प्यार मिल रहा। कल मैं उन्होंने एक वीडियो देखी सी जिदे उपर हम तुम्हारे साथ है अनिल जोशी आम लोग गल कर रहे उस कॉन्स्टिट्यूएंसी के लोग तो उन्होंने कॉन्स्टिट्यूएंसियों के गरेवाल हो रही है जेडे पंजाब के मैसेज गलत डिलीवर करते रहे दिल्ली आपके कुर्सी के लालच जियानी वर्गे गलत बयानबाजी करते रहे लोगों तो वह लोगों का एक गुस्सा भी सामने आता प्यार भी सामने आता दोनों एग्जाम्पल्स थोड़े सामने आ। यह कोई कैप्टन अमरिंदर सिंह नहीं करवा रहा फिर कैप्टन अमरिंदर सिंह ने कहता भी अनिल जोशी में जाके जी हार पा दो वह भी बीजेपी का पार्टी रहे आ। सो ये जो लोगों के मैं तुम्हें फिर बेनती कर रहा जो लोगों की गल करूगा लोगों के नाल खड़ूगा लोग उन्होंने प्यार भी करेंगे सत्कार भी करेंगे कि असी जे कि पहुंचते हैं जितते हैं कि अहदा से पहुंचते हैं वह लोगों के प्यार सदका ही होंगे। अज नरेंद्र मोदी जी मैं बहुत बारी ये गल कही है नरेंद्र मोदी को कोई शर्म नहीं करनी चाहिए 3 बिलों को लेकर आके पार्लीमेंट इतने तुहाडा पार्लीमेंट का जे मान लो घराओ भी कर दिया किसान बाहर आ जा उत्थे आके कह भी थोनू नहीं बिल मंजूर जी चलो मैं इन्हों कैंसल करदा थोड़े फायदे लिए लैके आया सी ते इन्हां कैंसल करदा तुसीं देखो लोग जय जयकार करदे उन्हां दी ते जे इही मोदी बिलां दी कोई अड़ी फेर करूगा ते लोग छित्तर भी मारनगे बुत भी बनाउणगे ते ओह चाहे कोई भी लीडर होवे। ठीक है मेरा लास्ट सवाल है थोनू तुसीं किसान अंदोलन की गल करती जिहड़ा किसान अंदोलन दिल्ली चल रहा है उहदा चल ही रहा तुसीं भी पार्ट बन के आए हो पर जिहड़ा हुण पंजाब दे विच पंजाब दी जिहड़ी राजनीति आ थोनू की लगता भी जिहड़ा किसान अंदोलन ने पंजाब दी राजनीति नूं किद्दां बदलना है 2022 दीआं चोणां दे संदर्भ दे विच? देखो मैं तुहानूं पहलां ही गल कीती है भी लोग बड़े सियाणे हो चुके आ हर तरहां दे बंदे पार्टियां दे विच हुंदे आ करप्ट भी हुंदे आ होर भी हुंदे आ ते किसान अंदोलन दे विच भी इदां दीआं हैगे आ बड़े सूझवान बंदे भी बहुत बैठे ते थोड़े जे मतलब प्रस्ती वाले भी जिन्हां दा ग्राउंड ते जाके जे आपां देखीए ना तुसीं रिपोर्टिंग जदों करोगे जिहड़े एक यूनियनज का नजायज फायदा उठाउंदे आ उहनां लोकां नूं तो सानूं अवेयर होण दी लोड़ आ किसानां नूं सोच के वोट पाउण दी लोड़ आ क्योंकि गुरशमशीर जी जिहड़े आउण वाले 5 साल आ इह पंजाब दा भविख आ जे 5 सालां दी तुसीं किसे गलत हत्थां दे विच सत्ता देती किसे गलत आंसरां नूं जिताता समझो पंजाब खत्म आ इहदू बाद दे विच ते पंजाबीयत खत्म आ। सो बड़ा क्रूशल टाइम आ क्रूशल इलैक्शन आ 2022 वाले सोच समझ के वोट पाओ जिहनूं भी पाउणी आ धरातल से उन्होंने लोगों को समझो कि वाकई तुहाडे मुद्दों की गल करते हैं या नहीं करते हैं। सोशल मीडिया के उपर किसी को 3000-4000 लाइक्स मिल गई वो मगर ना जाओ भी शायद जाना वो परसनैलिटी समझने की कोशिश करो उन्होंने मिलो उन्होंने गिलो हुण अज मैं देखदा बड़े लोग हैगे एप्रीशिएट करते दीप सिद्धू नूं लखे सधाणे नूं कदे उन्हां विचारियां नूं गाला कढ़न लग जांदे आ कदे उन्हां दे पिछे लग जांदे आ कदे उन्हां दीआं पोस्टां शेयर करन लग गया इहदा मतलब असीं आपदे स्थिर नहीं दिमाग साडे कि असं सोच नहीं रहे भी साढ़े बारे चंगा कौन आ माड़ा कौन असी लाई लगा जो पोस्ट के उत्ते दीप सिद्धू के कोई 50 कमेंट कर दादा पॉजिटिव तो असं कहने बई चक दे फटे असी तेरे नाल चक दे जो तो कोई 50 नैगेटिव कर दादा कई यह जे बंदे जिन्होंने पॉजिटिव भी किए बाद चो ही नैगेटिव कर लग जाते हैं।
ਸੋ ਸਾਨੂੰ ਸ਼ਖਸੀਅਤ ਨੂੰ ਸਮਝਣ ਦੀ ਲੋੜ ਹੈ ਕਿ ਵਾਕਈ ਉਹ ਬੰਦਾ ਚੰਗਾ ਤੁਹਾਡੀ ਸੇਵਾ ਕਰ ਸਕਦਾ, ਤੁਹਾਡੇ ਮੁੱਦੇ ਉਠਾ ਸਕਦਾ ਕਿ ਨਹੀਂ ਉਠਾ ਸਕਦਾ। ਤੇ ਓਦਾਂ ਦੇ ਬੰਦੇ ਨੂੰ ਵੋਟ ਪਾਓ, ਅਦਰਵਾਈਜ਼ ਮੈਂ ਤੁਹਾਨੂੰ ਫਿਰ ਬੇਨਤੀ ਕਰ ਰਿਹਾ ਤੁਹਾਡੇ ਮਾਧਿਅਮ ਨਾਲ ਦਰਸ਼ਕਾਂ ਨੂੰ, ਇਹ ਨਾ ਸੋਚੋ ਕਿ ਕਾਂਗਰਸ ਆ, ਇਹ ਨਾ ਸੋਚੋ ਕਿ ਹੋਰ ਆ। ਜਿਹਨਾਂ ਲੋਕਾਂ ਨੇ 10 ਸਾਲ ਦੇ ਵਿੱਚ ਪੰਜਾਬ ਦਾ ਨਾਸ ਮਾਰਿਆ, ਜਿਹਨਾਂ ਲੋਕਾਂ ਨੇ 10 ਸਾਲ ਦੇ ਵਿੱਚ ਪੰਜਾਬ ਦਾ ਨਸ਼ੇ ਦੇ ਵਿੱਚ ਡੋਬਤਾ, ਅੱਜ ਸੁਖਬੀਰ ਸਿੰਘ ਬਾਦਲ ਗੱਲਾਂ ਕਰਦਾ ਕਿ ਜੀ ਮੈਂ ਕਿਸਾਨਾਂ ਨੂੰ ਇੰਨਾ ਫੈਸਿਲਿਟੀਜ਼ ਦੇਵਾਂਗੇ, ਸਾਡੀ ਸਰਕਾਰ ਆ ਗਈ, ਇਹਨਾਂ ਨੂੰ ਅਸੀਂ 5 ਲੱਖ ਤਾਈਂ ਦੇਵਾਂਗੇ। ਪਰ ਸੋਚਣ ਦੀ ਅੱਜ ਲੋੜ ਹੈ ਕਿ ਅਸੀਂ ਮੌਤਾਂ ਦੇ ਉੱਪਰ, ਸ਼ਹਾਦਤਾਂ ਦੇ ਉੱਪਰ ਮੁਆਵਜ਼ੇ ਦੇਣ ਦੀ ਗੱਲ ਨਾ ਕਰੀਏ, ਅਸੀਂ ਇਹ ਸੋਚੀਏ ਕਿਸਾਨੀ ਦੇ ਪੱਧਰ ਨੂੰ ਉੱਤੇ ਕਿਵੇਂ ਲੈ ਕੇ ਜਾਣਾ। ਕਿਸਾਨਾਂ ਨੂੰ ਡਾਇਵਰਸੀਫਿਕੇਸ਼ਨ ਦੀ ਇਸ ਵੇਲੇ ਲੋੜ ਆ, ਫਸਲੀ ਚੱਕਰਾਂ ਚੋਂ ਕੱਢਣ ਦੀ ਲੋੜ ਆ। ਨਾ ਇਸ ਵੇਲੇ ਕੇਜਰੀਵਾਲ ਦੀ ਮੁਫ਼ਤ ਬਿਜਲੀ ਨਹੀਂ ਚਾਹੀਦੀ ਪੰਜਾਬ ਨੂੰ, ਜਾਂ ਜੇ ਕੋਈ ਕੈਪਟਨ ਅਮਰਿੰਦਰ ਸਿੰਘ ਅਨਾਊਂਸ ਕਰ ਦਿੰਦਾ ਕਿ ਮੈਂ ਇੰਨੇ ਯੂਨਿਟ ਦੇਊਂਗਾ, ਅਸੀਂ ਬਿਜਲੀ ਬਿੱਲ ਭਰ ਦਾਂਗੇ ਪਰ ਸਾਨੂੰ ਬਿਜਲੀ ਸਸਤੀ ਮਿਲੇ। ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਾਉਣ ਦੀਆਂ ਗੱਲਾਂ ਕਰੀਏ, ਫ੍ਰੀ ਵਾਲੇ ਚੱਕਰਾਂ ਚੋਂ ਨਿਕਲੋ, ਪਛਾਣੋ ਵੀ ਤੁਹਾਡੀ ਕੌਣ ਰਹਿਨੁਮਾਈ ਚੰਗੇ ਤੌਰ ਤੇ ਕਰ ਸਕਦਾ, ਕੌਣ ਪੰਜਾਬ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਬਚਾ ਸਕਦਾ। ਜੀ ਧੰਨਵਾਦ ਬਹੁਤ ਬਹੁਤ। ਏਸਨ ਰਾਣਾ ਚਾਹਲ ਪੀਪੀਸੀ ਦੇ ਸਪੋਕਸਪਰਸਨ, ਜਿਨ੍ਹਾਂ ਨੇ ਕਿਹਾ ਕਿ ਫ੍ਰੀ ਵਾਲੇ ਚੱਕਰਾਂ ਚੋਂ ਪੰਜਾਬ ਦੇ ਆਵਾਮ ਨੂੰ ਨਿਕਲਣਾ ਚਾਹੀਦਾ ਤੇ ਉਹਨਾਂ ਨੂੰ ਬਿਜਲੀ ਸਸਤੀ ਮਿਲਣੀ ਚਾਹੀਦੀ ਹੈ ਤੇ ਪਾਏਦਾਰ ਤਰੀਕੇ ਨਾਲ ਮਿਲਣੀ ਚਾਹੀਦੀ ਹੈ। ਦੂਸਰਾ ਉਹਨਾਂ ਨੇ ਆਖਿਆ ਕਿ ਜੋ ਲੋਕ ਨੇ ਉਹਨਾਂ ਨੂੰ ਇਹ ਦੇਖਣਾ ਚਾਹੀਦਾ ਕਿ ਜਿਹੜੇ ਲੋਕਾਂ ਨੂੰ ਫੋਲੋ ਕਰਦੇ ਨੇ ਸੋਸ਼ਲ ਮੀਡੀਆ ਤੇ, ਉਹਨਾਂ ਨੂੰ ਪਰਸਨਲੀ ਮਿਲਣਾ ਚਾਹੀਦਾ, ਉਹਨਾਂ ਨੂੰ ਵਾਚਣਾ ਚਾਹੀਦਾ, ਉਹਨਾਂ ਸ਼ਖਸੀਅਤਾਂ ਨੂੰ ਜਿਹੜੀਆਂ ਕਿ ਗਰਾਊਂਡ ਦੇ ਵਿੱਚ ਜੁੜੀਆਂ ਹੋਈਆਂ ਨੇ ਗਰਾਊਂਡ ਤੇ ਲੋਕਾਂ ਨਾਲ, ਜਿਹੜੀਆਂ ਇੱਕ ਲਾਈ ਲਾਗਤਾ ਹੈਗੀ ਹੈ ਪੰਜਾਬ ਦੇ ਆਵਾਮ ਦੇ ਵਿੱਚ, ਉਸ ਤੋਂ ਗੁਰੇਜ਼ ਕਰਨਾ ਚਾਹੀਦਾ। ਦੂਸਰਾ, ਪੰਜਾਬ ਦੀ ਜਿਹੜੀ ਕਾਂਗਰਸ ਦੇ ਵਿੱਚ ਜਿਹੜੀ ਖਾਨਾ ਜੰਗੀ ਹੈ ਉਸ ਨੂੰ ਉਹਨਾਂ ਨੇ ਵਿਚਾਰਾਂ ਦੀ ਲੜਾਈ ਦੱਸਿਆ। ਉਹਨਾਂ ਨੇ ਕਿਹਾ ਕਿ ਫੇਰਬਦਲ ਵੱਡੇ ਪੱਧਰ ਤੇ ਹੋਏਗਾ ਜੋ ਹਾਈਕਮਾਂਡ ਵੱਲੋਂ, ਤੇ ਉਸ ਦੇ ਨਾਲ ਹੀ ਉਹਨਾਂ ਨੇ ਆਖਿਆ ਕਿ ਜੋ ਦੋ ਮੁੱਦੇ ਨੇ, ਬੇਅਦਬੀ ਦਾ ਮੁੱਦਾ ਤੇ ਨਸ਼ਿਆਂ ਦਾ ਮੁੱਦਾ, ਜੇ ਇਹ ਹੱਲ ਕਰ ਦਿੱਤਾ ਜਾਂਦਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ, ਤਾਂ ਪੰਜਾਬ ਦੇ ਵਿੱਚ ਬੜੇ ਆਰਾਮ ਦੇ ਨਾਲ ਕਾਂਗਰਸ ਜਿਹੜੀ ਹੈ ਉਹ ਵਾਪਸੀ ਕਰੇਗੀ 2022 ਦੇ ਵਿੱਚ। ਆਮ ਆਦਮੀ ਪਾਰਟੀ ਤੇ ਜੋ ਸ਼੍ਰੋਮਣੀ ਅਕਾਲੀ ਦਲ ਬਾਦਲ ਹੈ, ਉਹਨਾਂ ਦਾ ਕਿਸੇ ਵੀ ਕਿਸਮ ਦਾ ਸਿਆਸੀ ਇਨਕਾਮ ਜਿਹੜਾ ਹੈਗਾ ਉਹਨਾਂ ਨੇ ਨਹੀਂ ਦਰਸਾਇਆ ਕਿ ਵੋਟਾਂ ਦੇ ਵਿੱਚ ਉਹਨਾਂ ਦੇ ਕੋਈ ਅਸਾਰ ਹੈਗੇ ਨੇ ਪਰਤਣ ਦੇ। ਤੋ ਇਸ ਕਿਸਮ ਦੀਆਂ ਜਿਹੜੀਆਂ ਅਵਰਮੈਂਟਸ ਨੇ ਉਹਨਾਂ ਨੇ ਦਿੱਤੀਆਂ ਨੇ ਆਪਣੀ ਪਾਰਟੀ ਨੂੰ, ਓਬਵੀਅਸਲੀ ਉਹ ਡਿਫੈਂਡ ਕਰਦੇ ਨਜ਼ਰ ਆਏ ਨੇ, ਪਰ ਕੁਛ ਨੁਕਤੇ ਜਿਹੜੇ ਨੇ ਉਹ ਉਹਨਾਂ ਦੇ ਵੱਲੋਂ ਸਹੀ ਜਿਹੜੇ ਨੇ ਉਹ ਕਾਫੀ ਬੇਬਾਕੀ ਦੇ ਨਾਲ ਰੱਖੇ ਗਏ ਨੇ ਕਿ ਜੋ ਮੁੱਦੇ ਨੇ, ਜਿਹੜੇ ਲੋਕ ਮੁੱਦਿਆਂ ਨੂੰ ਸੁਹਿਰਦਤਾ ਦੇ ਨਾਲ ਚੱਕਦੇ ਨੇ ਉਹਨਾਂ ਲੋਕਾਂ ਦੇ ਨਾਲ ਹੀ ਜੁੜਨ ਦਾ ਮਸਲਾ ਹੈ ਕਿਸੇ ਕੋਈ ਵੀ ਪਾਰਟੀ ਦਾ, ਚਾਹੇ ਲੀਡਰ ਹੈਗਾ। ਤੋ ਇਹ ਨੁਕਤਾ ਹਰ ਕਿਸਮ ਦੀ ਪੋਲੀਟੀਕਲ ਕਲਾਸ ਦੇ ਵਿੱਚ ਆਉਣਾ ਚਾਹੀਦਾ। ਦੂਸਰਾ, ਜੋ ਉਹਨਾਂ ਨੇ ਕਿਹਾ ਕਿ ਪੰਜਾਬ ਦਾ ਪੋਲੀਟੀਕਲ ਸਿਸਟਮ ਜਿਸ ਤਰ੍ਹਾਂ ਗੰਧਲਾ ਹੋ ਚੁੱਕਿਆ, ਜਿਸ ਤਰ੍ਹਾਂ ਕਿ ਲੋਕ ਇੱਕ ਪਾਰਟੀ ਚੋਂ ਦੂਜੀ ਪਾਰਟੀ 'ਚ ਸ਼ਿਫਟ ਕਰਦੇ ਨੇ, ਉਹ ਜਿਹੜਾ ਸਾਰਾ ਸਿਸਟਮ ਹੈ ਉਹ ਲੋਕਾਂ ਨੂੰ ਹੀ ਉਹਨਾਂ ਦੇ ਸਵਾਲੀਆ ਚਿੰਨ੍ਹ ਲਾਉਂਦੇ ਹੋਏ ਉਸ ਨੂੰ ਬਦਲਣ ਦੇ ਲਈ ਮਜਬੂਰ ਕਰਨਾ ਚਾਹੀਦਾ। ਤੋ ਇਹ ਸਾਰੀਆਂ ਨੁਕਤੇ ਨੇ। ਹੁਣ ਆਉਣ ਵਾਲਾ ਸਮਾਂ, ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਕਾਂਗਰਸ ਦੇ ਵਿੱਚ ਕਿਸ ਕਿਸਮ ਦੇ ਬਦਲਾਅ ਹੁੰਦੇ ਨੇ, ਤੇ 2022 ਦੇ ਵਿੱਚ ਇਹ ਜਿਹੜੇ ਬਦਲਾਅ ਨੇ ਉਹ ਕਾਂਗਰਸ ਦੇ ਲਈ ਕੋਈ ਰਿਜ਼ਲਟ ਕੱਢਦੇ ਨੇ ਨਹੀਂ ਕੱਢਦੇ, ਇਹ 2022 ਦੀਆਂ ਚੋਣਾਂ ਦੱਸਣਗੀਆਂ। ਧੰਨਵਾਦ।